ਪ੍ਰੋਗਰਾਮ 16 ਅਤੇ 17 ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੰਜਾਬ ਦੇ ਚਲੰਤ ਤੇ ਭਖ ਦੇ ਮਸਲਿਆਂ ਦੇ ਉੱਤੇ ਖਾਸ ਕਰਕੇ ਪੋਲੀਟੀਕਲ ਪਾਰਟੀਆਂ ਸਿਆਸੀ ਪਾਰਟੀਆਂ ਪੰਜਾਬ ਦੀ ਲੀਡਰਸ਼ਿਪ ਇੰਨੀ ਆਪਣੇ ਆਲ ਨੂੰ ਹਵਾ ਕਿਉਂ ਨਹੀਂ ਕਰ ਪਾਈ ਕੋਈ ਕਿਸੇ ਪਾਸੇ ਨਜ਼ਰ ਮਾਰ ਲਓ 13 ਲੋਕ ਸਭਾ ਹਲਕਿਆਂ ਤੇ ਕਿਸੇ ਇੱਕ ਸੀਟ ਦੇ ਉੱਤੇ ਵੀ ਕੋਈ ਇਹ ਨਹੀਂ ਹੱਕ ਠੋਕ ਕੇ ਕਹਿ ਸਕਦਾ ਕਿ ਆਹ ਸੀਟ ਤਾਂ ਸਾਡੀ ਪੱਕੀ ਹੈ ਤਾਂ ਪਾਰਟੀਆਂ ਦੇ ਹੱਕ ਵਿੱਚ ਹਵਾ ਕਿਉਂ ਨਹੀਂ ਗਈ ਵੱਖੋ ਵੱਖਰੇ ਕਾਰਨ ਕੋਈ ਕਿਸਾਨਾਂ ਦੇ ਵਿਰੋਧ ਕਰ ਵਿਪਤਾ ਦੇ ਵਿੱਚ ਹੈ ਕੋਈ ਆਪਣੀ ਕਾਟੋ ਕਲੇਸ਼ ਕਰਕੇ ਵਿਪਤਾ ਦੇ ਵਿੱਚ ਹੈ ਤਿਕਈਆਂ ਦੇ ਹਲੇ ਜਾੜੀ ਨਹੀਂ ਲੱਗੀ ਤੇ ਪੈਰ ਉਖੜੇ ਉਖੜੇ ਨੇ ਤੇ ਹੋਰ ਵੀ ਬਹੁਤ ਸਾਰੇ ਕਾਰਨ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਦੂਜੇ ਨੰਬਰ ਦੇ ਉੱਤੇ ਮਸਲਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਨਾਲ ਦਿੱਲੀ ਦੇ ਵਿੱਚ ਹੋਈ ਬੈਠਕ ਦਾ ਮੀਟਿੰਗ ਦਾ ਤਕਰੀਬਨ ਅੱਧਾ ਘੰਟਾ ਦੱਸਿਆ ਜਾਂਦਾ ਮੀਟਿੰਗ ਹੋਈ ਹੈ ਅੱਧੇ ਘੰਟੇ ਚ ਕਿੰਨੀਆਂ ਕ ਗੱਲਾਂ ਹੋਈਆਂ ਹੋਣਗੀਆਂ ਕਿਉਂਕਿ ਇਲੈਕਸ਼ਨ ਵੀ ਬਹੁਤ ਵੱਡਾ ਹੈ ਸਲਾਹ ਦਿੱਤੀ ਵੀ ਹੋਵੇਗੀ ਸਲਾਹ ਲਈ ਵੀ ਹੋਵੇਗੀ ਪਰ ਇੱਕ ਬਿਆਨ ਜਿਹੜਾ ਉਹ ਦੇ ਗਏ ਬਾਹਰ ਆ ਕੇ ਮੀਡੀਆ ਦੇ ਕੋਲ ਜਿਆਦਾ ਵਿਸ਼ਾ ਬਣ ਗਿਆ ਕਿ ਜੇਲ੍ਹ ਦੇ ਅੰਦਰ ਕੇਜਰੀਵਾਲ ਦੇ ਨਾਲ ਟ੍ਰੀਟਮੈਂਟ ਇਸ ਤਰ੍ਹਾਂ ਕੀਤਾ ਜਾ ਰਿਹਾ ਜਿਵੇਂ ਉਹ ਅੱਤਵਾਦੀ ਹੋਣ ਕੀ ਵਾਕਈ ਇਸ ਤਰ੍ਹਾਂ ਹੋ ਰਿਹਾ ਜਾਂ ਫਿਰ ਇਹ ਵੀ ਸੁਰੱਖਿੀ ਬਣਾਉਣ ਦੀ ਖਾਤਰ ਸੀ ਇਸ ਦੇ ਉੱਤੇ ਗੱਲ ਕਰਾਂਗੇ ਤੇ ਤੀਜਾ ਮਸਲਾ ਅਫਸਰਸ਼ਾਈ ਨਾਲ ਹੈ ਪੰਜਾਬ ਦੇ ਵਿੱਚ ਹੋਏ ਕਥਿਤ ਘਪਲਿਆਂ ਨੂੰ ਲੈ ਕੇ ਅਫਸਰਸ਼ਾਈ ਵੀ ਰਡਾਰ ਦੇ ਉੱਤੇ ਹੈ ਔਰ ਕਿਵੇਂ ਅਫਸਰਸ਼ਾਈ ਦੇ ذریعے ਕੇਂਦਰ ਨੇ ਅੱਖ ਰੱਖੀ ਹੋਈ ਹੈ ਪੰਜਾਬ ਦੇ ਅਫਸਰਾਂ ਤੇ ਖਾਸ ਕਰਕੇ ਉਸ ਦੇ ਪਿੱਛੇ ਕਾਰਨ ਕੀ ਨੇ ਤੇ ਉਹ ਮਸਲਾ ਕੀ ਆ ਪੂਰਾ ਵਿਸਥਾਰ ਦੇ ਨਾਲ ਦੱਸਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਪੋਲੀਟੀਕਲ ਪਾਰਟੀਆਂ ਦੀ ਸਿਆਸੀ ਪਾਰਟੀਆਂ ਦਾਵਾ ਸਾਰੀਆਂ ਇਹ ਕਰ ਰਹੀਆਂ ਕਿ 13 ਦੀਆਂ 13 ਅਸੀਂ ਜਿੱਤਣੀ ਐ ਪਰ ਉਹਨਾਂ 13 ਦੀਆਂ 13 ਦੀ ਹਵਾ ਕਿਉਂ ਨਹੀਂ ਬਣ ਪਾ ਰਹੀ ਚਾਹੇ ਕੋਈ ਪਾਰਟੀ ਐ ਚਾਹੇ ਸੱਤਾ ਚਾਹੇ ਚਾਹੇ ਸੱਤਾ ਤੋਂ ਬਾਹਰ ਵਾਲੀਆਂ ਨੇ ਇਹਦਾ ਮਤਲਬ ਕਿ ਪੰਜਾਬ ਦੀ ਜਨਤਾ ਕਿਸੇ ਵੀ ਪਾਰਟੀ ਕੋਲ ਖੁਸ਼ ਨਹੀਂ ਹੈ ਠੀਕ ਉਹਨਾਂ ਨੂੰ ਲੱਗਦਾ ਉੱਗਾ ਇਸ ਵਾਰ ਪੰਜਾਬ ਦੀ ਜਨਤਾ ਨੂੰ ਕਿਹੀ ਵੋਟਾਂ ਪਾ ਦਾਂਗੇ ਲੇਕਿਨ ਪਾਰਟੀ ਕਿਸੇ ਦੀ ਵੀ ਹਵਾ ਨਹੀਂ ਜਿੰਨਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਹਵਾ ਸੀ ਹਾਲਾਂਕਿ ਹੁਣ ਹਵਾ ਆਮ ਆਦਮੀ ਪਾਰਟੀ ਦੀ ਹੋਣੀ ਚਾਹੀਦੀ ਹੈ ਲੇਕਿਨ ਬਣੀ ਨਹੀਂ ਹਵਾ ਕਿਉਂ ਨਹੀਂ ਬਣੀ ਇਹ ਪੰਜਾਬ ਸਰਕਾਰ ਨੂੰ ਪਤਾ ਹੋਊਗਾ ਆਮ ਆਦਮੀ ਪਾਰਟੀ ਨੂੰ ਪਤਾ ਹੋਊਗਾ ਕਿ ਵਜ੍ਹਾ ਕੀ ਰਹੀ ਹੈ ਕਿ ਲੋਕ ਤੁਹਾਡੇ ਤੋਂ ਖਫਾ ਕਿਉਂ ਹੋਏ ਨੇ ਲੋਕ ਨਾਰਾਜ਼ ਕਿਉਂ ਨੇ ਤੇ ਜੇ ਆਮ ਆਦਮੀ ਪਾਰਟੀ ਦੇ ਨਾਲ ਲੋਕ ਖਫਾ ਨੇ ਜਾਂ ਨਾਰਾਜ਼ ਨੇ ਜਾਂ ਜਿਹਨੂੰ ਕਹਿੰਦੇ ਹੁੰਦੇ ਆਪਾਂ ਐਂਟੀ ਇਨਕੰਮਬ ਤੇ ਜੇ ਐਂਟੀ ਇਨਕੰਮਬੈਂਸੀ ਹੈ ਲੋਕਾਂ ਦੀ ਜਿਹੜੀ ਸਰਕਾਰ ਦੇ ਪ੍ਰਤੀ ਲੋਕਾਂ ਚ ਗੁੱਸਾ ਹੈ ਤੇ ਫਿਰ ਉਹ ਗੁੱਸਾ ਜਿਹੜਾ ਵਾ ਉਹ ਕਾਂਗਰਸ ਪਾਰਟੀ ਵੱਲ ਕਿਉਂ ਨਹੀਂ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਵੱਲ ਕਿਉਂ ਨਹੀਂ ਗਿਆ ਉਹ ਭਾਰਤੀ ਜਨਤਾ ਪਾਰਟੀ ਵੱਲ ਕਿਉਂ ਨਹੀਂ ਗਿਆ ਇਹਦਾ ਮਤਲਬ ਕਿ ਪੰਜਾਬ ਦੀ ਜਨਤਾ ਜਿਹੜੀ ਆ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇੱਕ ਇੱਕ ਉਹ ਜਿਹੜਾ ਹੁੰਦਾ ਨਾ ਮੇਲ ਮਲਾਪ ਉਹ ਗੈਪ ਬਹੁਤ ਜ਼ਿਆਦਾ ਪੈ ਗਿਆ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਸਰਕਾਰ ਦੀ ਜਿਹੜੀ ਐਂਟੀ ਇਨਕੰਮਬੈਂਸੀ ਹੈ ਉਹਨੂੰ ਕੈਸ਼ ਨਹੀਂ ਕਰ ਪਈਆਂ ਔਰ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਲੋਕਾਂ ਦੇ ਵਿੱਚ ਸਰਕਾਰ ਦੇ ਕੰਮਾਂ ਨੂੰ ਲੈ ਕੇ ਕਿ ਸਰਕਾਰ ਨੇ ਮਾੜੇ ਕੰਮ ਕੀਤੇ ਜਾਂ ਨਹੀਂ ਕੀਤੇ ਹੈਗੇ ਉਹ ਲੋਕਾਂ ਨੂੰ ਗਿਣਾ ਨਹੀਂ ਪਏ ਤੇ ਜਿਹੜੀ ਸਰਕਾਰ ਆ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਇਸ਼ਤਿਹਾਰਾਂ ਤੇ ਖਰਚ ਕਰ ਦਿੱਤੇ ਹੈਗੇ ਨੇ ਤਾਮਲਾ ਓਡੀਸ਼ਾ ਤੇਲੰਗਾਨਾ ਮਧ ਪ੍ਰਦੇਸ਼ ਯੂਪੀ ਮਤਲਬ 27 ਸਟੇਟਾਂ ਦੇ ਵਿੱਚ ਪੰਜਾਬ ਸਰਕਾਰ ਦੇ ਇਸ਼ਤਿਹਾਰ ਗਏ ਨੇ ਲੇਕਿਨ 13000 ਪਿੰਡਾਂ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਲੱਗਾ ਗਿਆ ਕਿ ਪੰਜਾਬ ਸਰਕਾਰ ਦੀਆਂ ਕੀ ਪ੍ਰਾਪਤੀਆਂ ਆਈਆਂ ਨੇ ਜਾਂ ਤੁਹਾਡੀ ਪਾਰਟੀ ਦੱਸ ਨਹੀਂ ਸਕੀ ਜਾਂ ਤੁਹਾਡੇ ਐਮਐਲਏਜ਼ ਦੀ ਪਰਫਾਰਮੈਂਸ ਜ਼ੀਰੋ ਕਿ ਆਪਣੇ ਹਲਕੇ ਦੇ ਵਿੱਚ ਲੋਕਾਂ ਨੂੰ ਦੱਸ ਨਹੀਂ ਸਕੇ ਹੈਗੇ ਕਿ ਸਾਡੀ ਸਰਕਾਰ ਨੇ ਕੀ ਕੰਮ ਕੀਤੇ ਆਗੇ ਨੇ ਤੇ ਜੇ ਤੁਹਾਡੀ ਸਰਕਾਰ ਨੇ ਕੰਮ ਕੀਤੇ ਹਨ ਤੇ ਫਿਰ ਤੁਹਾਨੂੰ ਇਸ਼ਤਿਹਾਰ ਦੇਣ ਦੀ ਲੋੜ ਦੂਜੇ ਸਟੇਟਾਂ ਦੇ ਵਿੱਚ ਦੇਣ ਦੀ ਲੋੜ ਨਹੀਂ ਸੀ ਜਿਹੜੇ ਤੁਸੀਂ ਹਜ਼ਾਰਾਂ ਕਰੋੜ ਰੁਪਏ ਜਿਵੇਂ ਦੀਵਾਲੀ ਵਾਲੇ ਦਿਨ ਲੋਕੀ ਨਾ ਪੈਸਿਆਂ ਨੂੰ ਅੱਗ ਲਾਉਂਦੇ ਨੇ ਪਟਾਕਿਆਂ ਨੂੰ ਨਹੀਂ ਅੱਗ ਲਾਉਂਦੇ ਆਗੇ ਪੈਸਿਆਂ ਨੂੰ ਅੱਗ ਲਾਉਂਦੇ ਨੇ ਉਸੇ ਤਰ੍ਹਾਂ ਪੰਜਾਬ ਸਰਕਾਰ ਨੇ ਇਸ਼ਤਿਹਾਰ ਦੇ ਨਾਮ ਤੇ ਪੰਜਾਬ ਦੇ ਖਜ਼ਾਨੇ ਦੇ ਪੈਸੇ ਫੂਕੇ ਨੇ ਪੈਸਿਆਂ ਨੂੰ ਅੱਗ ਲਾਈ ਹੈ ਦੂਜੇ ਸਟੇਟਾਂ ਦੇ ਜਾ ਕੇ ਪਰਫਾਰਮੈਂਸ ਦਿਖਾਈ ਲੇਕਿਨ ਅੱਜ 13 13000 ਦੇ ਕਰੀਬ ਪਿੰਡ ਨੇ ਬਾਕੀ ਸ਼ਹਿਰ ਲਾ ਲੋ 3 ਕਰੋੜ ਲੋਕਾਂ ਤੱਕ ਨਹੀਂ ਪਹੁੰਚੀ ਔਰ ਵੱਡੀ ਗੱਲ ਹੈ ਕਿ ਤੁਹਾਨੂੰ 13 ਬੰਦੇ ਨਹੀਂ ਲੱਭੇ ਆਗੇ ਇਹਦਾ ਮਤਲਬ ਹੈ ਕਿ ਤੁਸੀਂ ਚਵੀਂਆਂ ਮਹੀਨਿਆਂ ਦੀ ਕੋਈ ਲੀਡਰ ਨਹੀਂ ਪੈਦਾ ਕਰ ਸਕਿਆ 13 ਹਲਕਿਆਂ ਦੇ ਵਿੱਚ ਜਾਂ ਜਦੋਂ ਤੋਂ ਤੁਸੀਂ ਜੰਮੇ ਹੋ 2011 ਤੋਂ ਲੈ ਕੇ ਤੁਹਾਡੇ ਕੋਲ ਉਸ ਲੈਵਲ ਦੇ ਅੱਜ ਤੱਕ ਕਦ ਵਾਲੇ ਲੀਡਰ ਨਹੀਂ ਪਏ ਕਿ ਤੁਸੀਂ ਬਗਾਨੇ ਪਹਿਲਵਾਨਾਂ ਦੇ ਸਿਰ ਤੇ ਔਰ ਬਗਾਨੇ ਖਡਾਰੀਆਂ ਦੇ ਸਿਰ ਤੇ ਇਹ ਸਿਆਸੀ ਕਬੱਡੀ ਦਾ ਮੈਚ ਜਿਤਨਾ ਚਾਹੁੰਦੇ ਹੋ ਜਲੰਧਰ ਵਾਲੇ ਮਸਲੇ ਦੇ ਵਿੱਚ ਇਹ ਲੱਗਿਆ ਸੀ ਇੱਕ ਵਾਰੀ ਕਿ ਜਿਵੇਂ ਪਾਰਟੀ ਨੇ ਹੁਣ ਪਰਚੋਲ ਕਰਨੀ ਸ਼ੁਰੂ ਕੀਤੀ ਹੈ ਕਿਉਂਕਿ ਪਾਰਟੀ ਦੇ ਪੁਰਾਣੇ ਵਰਕਰ ਕਹਿਣ ਲੱਗੇ ਵਲੰਟੀਅਰ ਜਿਹਨਾਂ ਨੂੰ ਦਰੀਆਂ ਵਿਛਾਉਣ ਵਾਲੇ ਆਖਿਆ ਜਾਂਦਾ ਅੱਜਕੱਲ੍ਹ ਛੇੜਦੇ ਆ ਬਾਕੀ ਪਾਰਟੀਆਂ ਵਾਲੇ ਉਹ ਕਹਿੰਦੇ ਕਿ ਹੁਣ ਜਲੰਧਰ ਵਾਲੇ ਜਿਵੇਂ ਸਾਨੂੰ ਪਿੱਠ ਘਟੋ ਘਟੋ ਉਥੇ ਅਸੀਂ ਆਪਣੀ ਪਾਰਟੀ ਦਾ ਲੈਣਾ ਪਰ ਉਹ ਫਿਰ ਮੈਨੂੰ ਐ ਲੱਗਦਾ ਹੈ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਸਪਸ਼ਟ ਹੋ ਗਿਆ ਕਿ ਉਹ ਬਗਾਨਾ ਫਿਰ ਆ ਰਿਹਾ ਉਥੇ ਉਹੀ ਨਾ ਕਿ ਹਾਲਾਤ ਕੀ ਪੰਜਾਬ ਦੇ ਕੀ ਹੈ ਕਿ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਦੀ ਜਿਹੜੀ ਵਫਾਦਾਰੀ ਉਹ ਮਤਲਬੀ ਹੋ ਗਈ ਆ ਤੇ ਜਿਹੜੀ ਪਾਰਟੀਆਂ ਦੀ ਨੀਤੀ ਹੁੰਦੀ ਆ ਉਹ ਖਤਮ ਹੋ ਗਈ ਆ ਹੁਣ ਸਵਾਲ ਹੈ ਕਿ ਸ਼ਸ਼ੀਲ ਰਿੰਕੂ ਇਹਨਾਂ ਕੋ ਭੱਜ ਗਿਆ ਕਾਲੀਆਂ ਕੋਟੀ ਨੂੰ ਭੱਜ ਗਿਆ ਤੀਨੂ ਸਾਹਿਬ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਹੈ ਕਹਿੰਦਾ ਕਿ ਇਹਨਾਂ ਦਾ ਪਾਰਟੀ ਦਾ ਕੀ ਹੈਗਾ ਪਹਿਲਾਂ ਤਾਂ ਕਹਿੰਦੇ ਛਿੰਦਾ ਹਲਵਾਈ ਹਣਾ ਪਾਨਾ ਉਹ ਲਟਰਮ ਪਟਰਨ ਜੋ ਢੋਟਕੇ ਜੀ ਸੁਣਾਉਂਦੇ ਅੱਜ ਉਹਨਾਂ ਛਿੰਦਿਆਂ ਦੇ ਵਿੱਚ ਪੀਟ ਪਵੰਟੀ ਨੂੰ ਸ਼ਾਮਿਲ ਹੋ ਗਿਆ ਮਤਲਬ ਪਾਰਟੀਆਂ ਦਾ ਕਰਤਾਰ ਲੀਡਰ ਦਾ ਦਾ ਕਰਤਾਰ ਮੈਨੂੰ ਲੱਗਦਾ ਕਿ ਇੰਨਾ ਕਰਤਾਰਾਂ ਨਾਲੋਂ ਤੇ ਇੱਕ ਆਮ ਬੰਦੇ ਦਾ ਕਰਤਾਰ ਚੰਗਾ ਇੱਕ ਆਮ ਬੰਦੇ ਦਾ ਕਰੈਕਟਰ ਚੰਗਾ ਚਾਹੇ ਉਹ ਕੋਈ ਰਾਜਮਿਸਤਰੀ ਆ ਚਾਹੇ ਉਹ ਰੇੜੀ ਤੇ ਸਮਾਨ ਵੇਚਣ ਵਾਲਾ ਫਲ ਵੇਚਣ ਵਾਲਾ ਸਬਜ਼ੀਆਂ ਵੇਚਣ ਵਾਲਾ ਗੋਲ ਗੱਪੇ ਵੇਚਣ ਵਾਲਾ ਉਹਦਾ ਵੀ ਇੱਕ کردار ਹੈਗਾ ਲੇਕਿਨ ਦੇਸ਼ ਦੇ ਲੀਡਰਾਂ ਦਾ کردار ਇੰਨਾ ਨਕੰਮਾ ਇੰਨਾ ਮਾੜਾ ਹੋ ਚੁੱਕਾ ਹੈਗਾ ਕਿ ਇਹਨਾਂ ਲੋਕਾਂ ਤੇ ਭਰੋਸਾ ਕਰਨਾ ਵੀ ਮਤਲਬ ਦੁੱਧ ਬਿੱਲੀ ਨੂੰ ਦੁੱਧ ਪਿਉਉਣ ਦੇ ਬਰਾਬਰ ਹੋ ਗਿਆ ਹੁਣ ਲੋਕਾਂ ਚ ਚਰਚਾ ਨਾ ਪਿੰਡਾਂ ਸ਼ਹਿਰਾਂ ਦੇ ਵਿੱਚ ਕਿ ਜਿਹੜੇ ਨੇ ਦਾਲ ਬਦਲੇ ਘਟੋ ਘਟ ਅਸੀਂ ਘਟੋ ਘਟ ਉਹਨਾਂ ਤੋਂ ਕਿਨਾਰਾ ਇਸ ਵਾਰੀ ਜ਼ਰੂਰ ਕਰਨਾ ਹੈ ਪਾਰਟੀ ਜਿਹੜੀ ਮਰਜ਼ੀ ਹੋਵੇ ਮੈਨੂੰ ਕਹਿੰਦੇ ਕਿ ਮੈਨੂੰ ਇਹ ਲੱਗਦਾ ਕਿ ਜਨਤਾ ਨੂੰ ਸਬਕ ਇਹਨਾਂ ਨੂੰ ਨਹੀਂ ਸਿਖਾਉਣਾ ਜਿਹਦਾ ਪੋਲੀਟਿਕਲ ਪਾਰਟੀਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈਗਾ ਕਿ ਜਿਹੜੇ ਤੁਸੀਂ ਦਲ ਬਦਲੂ ਨਾ ਇੱਕ ਪਖੰਡ ਫੜਿਆ ਹੈਗਾ ਸਾਨੂੰ ਬੁੱਧੂ ਸਮਝ ਰਿਹਾ ਹੈਗੇ ਨੇ ਇਹਨਾਂ ਨੂੰ ਨਕਾਰਿਆ ਸ਼ਸ਼ੀਲ ਰਿੰਕੂ ਨੂੰ ਆਮ ਆਦੀ ਪਾਰਟੀ ਦੇ ਵਰਕਰਾਂ ਨੇ ਨਕਾਰਤਾ ਹੈਗਾ ਤੁਸੀਂ ਉਹਨਾਂ ਲੋਕਾਂ ਦੇ ਫੇਰ ਐਮਪੀ ਬਣਾਤਾ ਉਹ ਤੁਹਾਨੂੰ ਠੋਡ ਮਾਰ ਕੇ ਚਲਾ ਗਿਆ ਹੈਗਾ ਪਵਨ ਤੀਨ ਨੂੰ ਹਰਾ ਕੇ ਤੁਹਾਨੂੰ ਐਮਐਲਏ ਦਿੱਤਾ ਹੈਗਾ ਸੀ ਤੁਸੀਂ ਫੇਰ ਉਹਨੂੰ ਐਮਪੀ ਬਣਾਉਣ ਨੂੰ ਕਰਦੇ ਹੈਗੇ ਜਿਹੜੇ ਲੋਕਾਂ ਦੇ ਧਾੜੀ ਖਾਤਰ ਨਕਾਰੇ ਲੋਕ ਫਿਰ ਤੁਸੀਂ ਉਹਨਾਂ ਨੂੰ ਸਿਰ ਤੇ ਤਾਜ ਬਿਠਾਉਣਾ ਚਾਹੁੰਦੇ ਆਗੇ ਨੇ ਤੇ ਲੋਕ ਤੁਹਾਨੂੰ ਵੀ ਤੇ ਸਬਕ ਸਿਖਾਉਣਗੇ ਮਤਲਬ ਕਾਲੀ ਦਲ ਹੋ ਗਿਆ ਆਮ ਆਦੀ ਪਾਰਟੀ ਹੋ ਗਈ ਕਾਂਗਰਸ ਹੋ ਗਈ ਸਾਰਿਆਂ ਦੇ ਹਾਲਾਤ ਇਹ ਹੀ ਨੇ ਅਗਰ ਇਹਨਾਂ ਦੀ ਹਵਾ ਹੁੰਦੀ ਬੀਜੇਪੀ ਨੂੰ 13 ਬੰਦੇ ਲੱਭਣ ਦੀ ਲੋੜ ਨਹੀਂ ਸੀ ਪੈਣੀ ਜੇ ਸ਼੍ਰੋਮਣੀ ਕਾਲੀ ਦਲ ਦੀ ਹਵਾ ਹੁੰਦੀ ਸੁਖਵੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਹਿੱਟ ਹੁੰਦੀ ਤੇ ਫਿਰ ਉਹਨਾਂ ਨੂੰ ਬਠਿੰਡਾ ਵੇਟ ਕਰਨ ਦੀ ਲੋੜ ਪੈਣੀ ਨਹੀਂ ਸੀ ਸਭ ਤੋਂ ਪਹਿਲਾਂ ਹਰ ਸਿਮਰਤ ਕੌਰ ਬਾਦਲਾ ਦਾ ਨਾਮ ਆ ਜਾਂਦਾ ਵਿਕਰਮ ਸਿੰਘ ਮਜੀਠੀਆ ਦਾ ਆ ਜਾਂਦਾ ਬਾਕੀਆਂ ਦਾ ਵੀ ਆ ਜਾਂਦਾ ਜੇ ਕਾਂਗਰਸ ਪਾਰਟੀ ਅੱਜ ਵੀ ਸੁਪਨੇ ਲਈ ਜਾਂਦੀ ਹੈ ਕਿ ਸਾਡੀਆਂ ਸ਼ਾਇਦ 108 11 ਆ ਜਾਣਗੀਆਂ ਹੂੰ ਤੇ ਫਿਰ ਤੁਹਾਨੂੰ ਬੰਦੇ ਹੁਣ ਤੱਕ 6 ਹੀ ਆ 7 ਕਿਉਂ ਰੋਕ ਕੇ ਰੱਖ ਬੈਠੇ ਹੈਗੇ ਮਤਲਬ ਕਿਸੇ ਪਾਰਟੀ ਦੀ ਹਵਾ ਨਹੀਂ ਆ ਬੀਜਪੀ ਵਾਲਿਆਂ ਦੀ ਪੰਜਾਬ ਚ ਹਵਾ ਹੋ ਨਹੀਂ ਸਕਦੀ ਹੈਗੀ ਕਿਉਂਕਿ ਹਮੇਸ਼ਾ ਉਹ ਬੀਜਪੀ ਦੀ ਜਿਹੜੀ ਹਵਾ ਨਾ ਉਹ ਪੰਜਾਬ ਦੇ ਪਰ ਦੀ ਉਲਟ ਰਹਿੰਦੀ ਹੈਗੀ ਉਹਨਾਂ ਦੀ ਸੋਚ ਹੀ ਪੰਜਾਬ ਦੇ ਪਰ ਧੀ ਹੈ ਕਦੀ ਉਹਨਾਂ ਨੇ ਇਹ ਪੰਜਾਬੀਆਂ ਨੂੰ ਦਿਲ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਉਲਟਾ ਯਾਰ ਖੋਲਣ ਦੀ ਕੋਸ਼ਿਸ਼ ਕੀਤੀ ਹੈਗੀ ਉਹਨਾਂ ਨੇ ਉਹ ਇਸੇ ਕਰਕੇ ਉਹਨਾਂ ਨੂੰ ਭੁਗਤਣਾ ਪੈ ਰਿਹਾ ਹਰਿਆਣੇ 'ਚ ਵੀ ਭੁਗਤਣਾ ਪੈ ਰਿਹਾ ਰਾਜਸਥਾਨ 'ਚ ਵੀ ਭੁਗਤਣਾ ਪੈ ਰਿਹਾ ਯੂਪੀ 'ਚ ਵੀ ਭੁਗਤਣਾ ਪੈ ਰਿਹਾ ਪੰਜ ਛੇ ਸਟੇਟਾਂ 'ਚ ਕਿਸਾਨ ਵਿਰੋਧ ਕਰ ਰਿਹਾ ਹੈਗੇ ਨੇ ਪਰ ਮਨ ਕੇ ਤੁਹਾਡੇ ਕੋ 13 ਬੰਦੇ ਤਾਂ ਚਾਹੀਦੇ ਹੈਗੇ ਨੇ ਜਿਸ ਪਾਰਟੀ ਦੀ ਹਵਾ ਹੋਵੇ ਉਹ ਇੱਕ ਮਿੰਟ ਨਹੀਂ ਲਾਉਂਦਾ ਹੈਗਾ ਉਹਨਾਂ ਨੂੰ ਲੀਡਰ ਹੁਣ ਤੱਕ ਚੋਣ ਮੈਦਾਨ ਦੇ ਵਿੱਚ ਆ ਜਾਣੇ ਹੈਗੇ ਨੇ ਸਾਰੇ ਡਰੇ ਡਰੇ ਨੇ ਕਿਉਂ ਕਿਉਂ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਾ ਲੋਕਾਂ ਦਾ ਭਰੋਸਾ ਟੁੱਟ ਚੁੱਕਾ ਪਹਿਲਾਂ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਭਰੋਸਾ ਕਾਲੀਆਂ ਤੋਂ ਟੁੱਟਾ ਕਾਂਗਰਸੀਆਂ ਟੁੱਟਾ ਹੁਣ ਸਰਕਾਰ ਤੋਂ ਵੀ ਭਰੋਸਾ ਟੁੱਟ ਚੁੱਕਾ ਜੇ ਪੰਜਾਬ ਸਰਕਾਰ ਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਬਿਜਲੀ ਅਸੀਂ 32 ਫ੍ਰੀ ਦਿੱਤੀ ਆ ਗਈਆ 32 ਦੇ ਨਾਲ ਸਾਡੀ ਪਾਰਟੀ ਦੀਆਂ ਬਤੀਆਂ 13 ਜਗ ਜਾਣਗੀਆਂ ਇਹ ਭੁਲੇਖਾ ਹੈਗਾ ਸਬਸਿਡੀਆਂ ਪਹਿਲਾਂ ਵੀ ਸਾਰੀਆਂ ਪਾਰਟੀਆਂ ਨੇ ਦਿੱਤੀਆਂ ਕਿਸਾਨੀ ਨੂੰ ਜਿੰਨੀ ਸਬਸਿਡੀ ਦਿੱਤੀ ਹੈਗੀ ਐ ਐਸੀ ਭਾਈਚਾਰੇ ਨੂੰ ਸਬਜੈਕਟ ਦੀ ਬਾਦਲਾਂ ਨੇ ਦਿੱਤੀ ਆ ਉਹ ਦੇਖ ਲਓ ਤਿੰਨ ਸੀਟਾਂ ਤੇ ਆ ਗਏ ਕਾਂਗਰਸ ਨੇ ਉਹ ਕੰਟੀਨਿਊ ਰੱਖੀ ਹੈਗੀ ਬੀਬੀਆਂ ਦੀਆਂ ਬੱਸਾਂ ਫਰੀ ਸਫ਼ਰ ਕਰ ਦਿੱਤਾ ਹੈਗਾ ਕਿੰਨੀਆਂ ਰਹੀਆਂ 18 ਇੱਕ ਸਬਸਿਡੀ ਨੂੰ ਤੁਸੀਂ ਇਹ ਕਹਿੰਦੇ ਡਿਵੈਲਪਮੈਂਟ ਨਹੀਂ ਕਹਿ ਸਕਦੇ ਕਿ ਸਬਸਿਡੀਆਂ ਜਿੰਨੀਆਂ ਵੀ ਆਈਆਂ ਉਹਦੇ ਤੌਰ ਤਰੀਕੇ ਮਾੜੇ ਨੇ ਨੀਤੀਆਂ ਮਾੜੀਆਂ ਆਈਆਂ ਹੁਣ ਇੱਕ ਏਜੰਡਾ ਹੋ ਸਕਦਾ ਸਬਸਿਡੀਆਂ ਫਰੀ ਵਾਲਾ ਪਰ ਤੁਹਾਡੇ ਐਮਐਲਏ ਦੇ ਚੰਦ ਉਹਨਾਂ ਨੇ ਚਾੜੇ ਆਏ ਨੇ ਲੋਕੀ ਐਮਐਲਏ ਤੋਂ ਨਾਰਾਜ਼ ਨੇ ਵਰਕਰਾਂ ਦੇ ਕੰਮ ਨਹੀਂ ਹੋਏ ਵਰਕਰ ਐਮਐਲਏ ਤੋਂ ਨਾਰਾਜ਼ ਨੇ ਐਮਐਲਏ ਸਰਕਾਰ ਤੋਂ ਨਾਰਾਜ਼ ਨੇ ਉਹ ਜਿਹੜਾ ਗੈਪ ਪੈ ਗਿਆ ਕਿ ਨਾ ਉਹਦੇ ਕਰਕੇ ਇਹ ਨਹੀਂ ਆ ਕਿ ਲੋਕੀ ਚਾਹੁੰਦੇ ਨੇ ਸਾਡਾ ਕੰਮ ਹੋਣਾ ਸਾਡਾ ਟਾ ਟੱਪਾ ਹੋਵੇ ਚਾ ਸਾਡੇ ਕੰਮ ਠਾਣੇ ਕਚਹਿਰੀ ਤਹਿਸੀਲਾਂ ਦੇ ਵਿੱਚ ਡੀਸੀ ਦਫਤਰ ਉੱਥੇ ਕੰਮ ਹੋਣੇ ਚਾਹੀਦੇ ਨੇ ਸਾਡੇ ਥੋੜੇ ਬਹੁਤੇ ਧੰਦੇ ਚੱਲਣੇ ਚਾਹੀਦੇ ਉਹ ਸਾਰੇ ਬੰਦ ਨੇ ਤੇ ਵੋਟਾਂ ਕਿੰਨਾ ਪਾਉਣੀਆਂ ਹੈਗੀਆਂ ਪੰਚਾਂ ਨੇ ਸਰਪੰਚਾਂ ਨੇ ਵਰਕਰਾਂ ਨੇ ਤੇ ਜੇ ਆਮ ਆਦੀ ਪਾਰਟੀ ਹੁੰਦੀ ਤੇ ਫਿਰ ਆਮ ਆਦੀ ਪਾਰਟੀ ਨੂੰ ਗੁਰਪ੍ਰੀਤ ਸਿੰਘ ਜੀਪੀ ਲਾਈਨ ਦੀ ਲੋੜ ਨਹੀਂ ਸੀ ਆਮ ਆਦੀ ਪਾਰਟੀ ਨੂੰ ਲੈਣਾ ਨਹੀਂ ਪੈਣਾ ਸੀ ਡਾਕਟਰ ਰਾਜਕੁਮਾਰ ਚੱਬੇਵਾਲ ਨਹੀਂ ਲੈਣਾ ਪੈਣਾ ਤੇ ਪਮਣ ਕਮਾਟੀ ਨੂੰ ਨਹੀਂ ਲੈਣਾ ਪੈਣਾ ਜੇ ਦੀ ਭਲਕੇ ਸਵੇਰੇ ਅਨਾਉਂਸਮੈਂਟ ਕਰ ਕਿਉਂਕਿ ਸੀਐਮ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ 16 ਤਰੀਕ ਨੂੰ ਮੈਂ ਦੋ ਸੀਟਾਂ ਦਾ ਐਲਾਨ ਕਰਨਾ ਇੱਕ ਕਿਹਦੀ ਕਰਨੀ ਹੈ ਜਲੰਧਰ ਜਲੰਧਰ ਤੇ ਕੌਣ ਆਗੇ ਨੇ ਪਮਣ ਕਮਾਟੀ ਨੂੰ ਲੁਧਿਆਣੇ ਤੇ ਕਿਹਨੂੰ ਕਰਨਗੇ ਜਿਹੜੇ ਐਮਐਲਏ ਨੇ ਪੱਪੀ ਪ੍ਰੈਸ਼ਰ ਉਹਨਾਂ ਦਾ ਅਨਾਉਂਸਮੈਂਟ ਹੈ ਜੇ ਤੁਹਾਡੇ ਆਪਣੇ ਪਲਵਾਨਾ ਚ ਦਮ ਹੁੰਦਾ ਟਾਡੇ ਆਪਣੇ ਖਿਡਾਰੀ ਚੰਗੀ ਤਰ੍ਹਾਂ ਕਾਉਡੀਆਂ ਪਾਉਣੇ ਜਾਣਦੇ ਹੁੰਦੇ ਨਾ ਤੇ ਫਿਰ ਤੁਹਾਨੂੰ ਬਾਹਰੋਂ ਖਿਡਾਰੀ ਲਿਆਉਣ ਦੀ ਲੋੜ ਨਹੀਂ ਪੈਣੀ ਸੀ ਹੁੰਦੇ ਨਾ ਪਿੰਡਾਂ ਦੇ ਵਿੱਚ ਟੂਰਨਾਮੈਂਟ ਜਿੱਤਣ ਦੇ ਵਾਸਤੇ ਬਾਹਰਲੇ ਪਿੰਡਾਂ ਦਾ ਖਿਡਾਰੀ ਲੈ ਕੇ ਆਉਂਦੇ ਹੁੰਦੇ ਸੀ ਤੇ ਫਿਰ ਟੀਮਾਂ ਨੇ ਕੀ ਨਿਯਮ ਬਣਾਤੇ ਕਬੱਡੀ ਆਰਗੇਨਾਈਜੇਸ਼ਨ ਜਿਹੜੇ ਪ੍ਰਬੰਧਕ ਦੇ ਕਿ ਇੱਕ ਪਿੰਡ ਦੇ ਖਿਡਾਰੀ ਹੋਣੇ ਚਾਹੀਦੇ ਤੇ ਤੁਸੀਂ ਤਾਂ 13 ਖਿਡਾਰੀ ਨਹੀਂ ਇਕੱਠੇ ਕਰ ਸਕਿਆ ਕਿ ਤੁਸੀਂ ਮੈਚ ਕੀ ਜਿੱਤਣਾ ਹੈ ਕੋਈ ਵੀ ਪਾਰਟੀ ਹੋ ਭਾਜਪਾ ਨੇ ਕੀ ਕੀਤਾਗਾ ਸਸੀਲ ਰਿੰਕੂ ਚੱਕ ਲਿਆ ਰਵਨੀਤ ਸਿੰਘ ਬਿੱਟੂ ਚੱਕ ਲਿਆ ਪ੍ਰਨੀਤ ਕੌਰ ਚੱਕ ਲਈ ਅਜੇ ਹੋਰ ਚੱਕ ਲੈਣਗੇ ਕਾਂਗਰਸ ਨੇ ਹਲੇ ਡਾਕਟਰ ਗਾਂਧੀ ਨੂੰ ਲੈ ਕੇ ਆਏ ਨੇ ਪਰ ਸਵਾਲ ਹੈ ਕਿ ਤੁਹਾਡੇ ਕੋ ਆਪਣੇ ਲੀਡਰ ਨਹੀਂ ਐਡੀਆਂ ਐਡੀਆਂ ਵੱਡੀਆਂ ਪਾਰਟੀਆਂ ਉਹ ਰੈਡੀ ਐਡੀਆਂ ਵੱਡੀਆਂ ਗੱਲਾਂ ਕਰਦੇ ਆਗੇ ਨੇ ਇਹਦਾ ਮਤਲਬ ਹੈ ਹਵਾ ਕਿਸੇ ਦਿਨ ਹੈ ਕਿ ਉਹ ਇਸ ਵਾਰ ਇੰਨਾ ਵੋਟਾਂ ਦੇ ਅੱਜ ਦੇ ਤਰੀਕ ਨੇ ਜਦੋਂ ਆਪਾਂ ਗੱਲ ਕਰ ਰਿਹਾ ਅੱਜ ਦੇ ਤਰੀਕ ਹੁਣ ਤੱਕ ਕਿਸੇ ਪਾਰਟੀ ਦੀ ਹਵਾ ਨਹੀਂ ਕੱਲ ਨੂੰ ਪਤਾ ਨਹੀਂ ਕੀ ਕੁਝ ਹੋ ਜਾਣਾ ਹਵਾ ਕਿਹਦੇ ਹੱਕ ਦੇ ਵਿੱਚ ਬਣਨੀ ਹੈ ਹਾਲਾਤ ਹੀ ਸਾਰੀਆਂ ਪਾਰਟੀਆਂ ਦੇ ਨੇ ਮਾੜੇ ਨੇ ਕਾਲੀ ਦਲ ਹਜਿੱਦਾ ਜਿਹੜਾ ਲੋਕਾਂ ਪਰ ਦੀ ਭਰੋਸਾ ਬਣਿਆ ਨਹੀਂਆ ਕਾਂਗਰਸ ਪਾਰਟੀ ਦਾ ਭਰੋਸਾ ਉਥੇ ਆਪਸੇ ਇੰਨੀਆਂ ਇੱਕ ਦੂਜੇ ਦੀਆਂ ਲੱਤਾਂ ਵੱਡੀਆਂ ਆ ਗਈਆਂ ਨਾ ਬਾਹਾਂ ਵੱਡੀਆਂ ਇੱਕ ਦੂਜੇ ਖਿਲਾਫ ਟਿੱਪਣੀਆਂ ਕੀਤੀਆਂ ਔਰ ਆਮ ਆਦੀ ਪਾਰਟੀ ਜਿੰਨਾਂ ਦੀ ਸਰਕਾਰ ਹੈ ਸਰਕਾਰ ਦਾ ਲੋਕਾਂ ਦੇ ਤੇ ਲੋਕਾਂ ਦਾ ਸਰਕਾਰ ਤੇ ਜਿਹੜਾ ਭਰੋਸਾ ਚਵੀਆਂ ਮਹੀਨੇ ਦੇ ਵਿੱਚ ਟੁੱਟ ਗਿਆ ਨਾ ਉਹ ਹੁਣ ਇੱਕ ਤਰੀਕ ਨੂੰ ਪਤਾ ਲੱਗੂ ਚਾਰ ਤਰੀਕ ਨੂੰ ਰਿਜ਼ਲਟ ਆ ਜਾਣੇ ਹੈਗੇ ਨੇ ਨਹੀਂ ਤੇ ਕੀ ਤੁਸੀਂ ਜਲੰਧਰ ਦੇ ਵਿੱਚ ਤੁਹਾਡੇ ਇੰਨੇ ਐਮਐਲਏ ਉਹਨਾਂ ਨੂੰ ਨਹੀਂ ਤਾਰ ਸਕਦੇ ਸੀ ਚਰਚਾ ਸੀ ਕਿ ਬਲਕਾਰ ਸਿੰਘ ਜਿਹੜੇ ਮੰਤਰੀ ਉਹਨਾਂ ਨੂੰ ਬਣਾਇਆ ਜਾ ਸਕਦਾ ਮੈਂਬਰ ਟਿਕਟ ਦਿੱਤੀ ਜਾ ਸਕਦੀ ਪਰ ਤੁਸੀਂ ਰਾਤੋਂ ਰਾਤ ਪਵਨ ਕੁਮਾਰ ਟੀਨੂ ਨੂੰ ਲੈ ਆਂਦਾ ਹੈਗਾ ਕਿਉਂਕਿ ਜਦੋਂ ਇੰਨਾ ਵੋਟਾਂ ਦੇ ਵਿੱਚ ਤੁਸੀਂ ਇੱਕ ਦੂਜੀ ਪਾਰਟੀ ਦੇ ਉਮੀਦਵਾਰ ਤੋੜਦੇ ਹੋ ਇਹਦਾ ਮਤਲਬ ਬਹੁਤ ਸਾਰੇ ਅੰਦਰਖਾਤੇ ਸੌਦੇ ਹੋਏ ਹੁੰਦੇ ਨੇ ਉਹ ਸਿਆਸੀ ਸੌਦੇ ਕਹੋ ਉਹ ਮੁਨਾਫੇ ਵਾਲੇ ਸੌਦੇ ਕਹੋ ਉਹ ਭਰੋਸੇਮੰਦ ਸੌਦੇ ਕਹੋ ਸੌਦੇ ਤੇ ਹੋਏ ਨੇ ਕਿਸੇ ਵੀ ਤਰ੍ਹਾਂ ਦਾ ਇੱਕ ਡਾਇਲੌਗ ਵੀ ਦਾਲ ਬਦਲੋ ਨੇ ਅੱਜਕਲ ਰਟਿਆ ਰਟਾਇਆ ਕਿ ਸਾਡੀ ਨਾ ਉਧਰ ਤਰੱਕੀ ਨਹੀਂ ਹੋ ਰਹੀ ਸੀ ਮਤਲਬ ਅਸੀਂ ਜੋ ਲੋਕਾਂ ਦਾ ਵਿਕਾਸ ਕਰਨਾ ਚਾਹੁੰਦੇ ਸੀ ਉਹ ਹੁਣ ਇਸ ਪਾਸੇ ਮੌਕਾ ਮਿਲੇਗਾ ਸਾਰਿਆਂ ਨੇ ਇੱਕੋ ਹੀ ਬੋਲਣਾ ਹੁੰਦਾ ਜਦੋਂ ਬਦਲ ਕੇ ਆਉਂਦੇ ਆ ਨਹੀਂ ਨਹੀਂ ਇਹ ਦੇਵੇਂ ਇੱਕ ਲੋਕਾਂ ਨੂੰ ਨਾ ਬੇਬਕੂਬ ਜੀ ਸਮਝਣ ਵਾਲੀ ਗੱਲ ਮੰਨ ਲਓ ਮੈਂ ਕਹਿੰਦਾ ਕਿ ਅਗਰ ਗੁਰਪ੍ਰੀਤ ਸਿੰਘ ਜੀਪੀ ਦੀ ਗੱਲ ਕਰੋ ਕਿ ਮੈਂ ਇਸ ਕਰਕੇ ਐਂ ਤਰੱਕੀ ਦੇ ਵਿੱਚ ਪੀ ਮੇਰੇ ਇਲਾਕੇ ਦੀ ਤਰੱਕੀ ਨਹੀਂ ਦਿੱਤੇ ਜਦੋਂ ਤੁਸੀਂ 5 ਸਾਲ ਰਹੇ ਉਦੋਂ ਤਰੱਕੀ ਕਿਉਂ ਨਹੀਂ ਕੀਤੀ ਪਵਨ ਕਮੇਟੀ ਨੂੰ ਦੀ ਗੱਲ ਕਰੋ ਜੇ ਇਹ ਕਹਿਣ ਤੇ ਪਤਾ ਨਹੀਂ ਉਹਨੇ ਕਹਾ ਕਿ ਨਹੀਂ ਕਿਹਾ ਵੀ ਤੁਸੀਂ 10 ਸਾਲ ਐਮਐਲਏ ਰਹੇ ਇੱਕ ਬੈਕਵਰਡ ਕਲਾਸਿਸ ਜਿਹੜੀ ਹੈ ਉਹਦੇ ਚੇਅਰਮੈਨ ਰਹੇ ਤੁਸੀਂ ਦੋਨੇ ਆਪਣੇ ਇਲਾਕੇ ਦੀ ਤਰੱਕੀ ਕੀਤੀ ਸ਼ਸ਼ੀਲ ਕੁਮਾਰ ਰਿੰਕੂ ਵੀ ਮਤਲਬ ਇਹਦੇ ਐਵੇਂ ਗੱਲਾਂ ਕਰਨ ਵਾਲੇ ਮੈਨੂੰ ਤਾਂ ਬੜਾ ਜਦੋਂ ਵਿਧਾਨ ਸਭਾ ਦੇ ਵਿੱਚ ਬੈਠ ਕੇ ਜਦੋਂ ਮੰਤਰੀ ਇਹ ਕਹਿੰਦੇ ਜੀ ਮੇਰੇ ਇਲਾਕੇ ਦੇ ਵਿੱਚ ਸੜਕ ਨਹੀਂ ਬਣੀ ਹੈਗੀ ਮੈਂ ਤੇ ਉਦੋਂ ਰੋਣਾ ਆਉਂਦਾ ਹੈਗਾ ਕਿ ਯਾਰ ਇਹੋ ਜਿਹੇ ਬੰਦੇ ਨੂੰ ਨਾ ਫੜ ਕੇ ਨਾ ਇੱਕ ਵਾਰ ਲੋਕਾਂ ਨੂੰ ਸਿੱਧਾ ਕਰ ਦੇਣਾ ਚਾਹੀਦਾ ਵੀ ਯਾਰ ਤੁਸੀਂ ਕੈਬਨਿਟ ਮੰਤਰੀ ਪੰਜ-ਪੰਜ ਸਾਲ ਰਹੇ ਨੇ ਪੁਰਾਣੇ ਛੱਡ ਦिए ਇਸ ਟਾਈਮ ਆਮ ਆਦੀ ਪਾਰਟੀ ਦੀ ਸਰਕਾਰ ਤੇ ਕਾਂਗਰਸ ਦੇ ਜਿਹੜੇ ਮੰਤਰੀ ਸਵਾਲ ਲਗਾਉਣਗੇ ਕਿ ਜੀ ਮੇਰੇ ਇਲਾਕੇ ਦੀ ਸੜਕ ਨਹੀਂ ਬਣੀ ਉੱਥੇ ਪਾਣੀ ਨਹੀਂ ਗਿਆ ਉੱਥੇ ਸਕੂਲ ਨਹੀਂ ਜੀ ਡਾਕਟਰ ਨਹੀਂ ਪੂਰੇ ਆ ਗਏ ਉੱਥੇ ਟੀਚਰ ਨਹੀਂ ਪੂਰੇ ਹੋ ਗਏ ਪੀਰ ਤੁਸੀਂ ਪਹਿਲਾਂ ਕੀ ਕਰਦੇ ਰਹੇ ਨੇ ਪੈਸੇ ਲੋਟ ਬਣਾਉਂਦੇ ਰਹੇਗੇ ਨੇ ਜੇ ਇੱਕ ਮੰਤਰੀ ਆਪਣੇ ਹਲਕੇ ਦੇ ਵਿੱਚ ਟੀਚਰਾਂ ਦੀ ਪਰਭਾਈ ਨਹੀਂ ਪੂਰੀ ਕਰ ਸਕਿਆ ਡਾਕਟਰਾਂ ਦੀ ਨਰਸਾਂ ਦੀ ਨਹੀਂ ਪਰਭਾਈ ਪੂਰੀ ਕਰ ਸਕਿਆ ਸਪਿੰਡਾਂ ਦੀਆਂ ਸੜਕਾਂ ਨਹੀਂ ਬਣਾ ਸਕਿਆ ਖਾਲੀਆਂ ਨਹੀਂ ਬਣਾ ਸਕਿਆ ਉਹ ਉਰਤੇ ਮੈਂ ਕਹਿੰਦਾ ਹੈ ਲੱਖ ਨਾਲ ਲਾਣਤਾ ਉਹ ਲੋਕਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਘੱਟੋ ਘੜੇ ਯਾਰਾ 5 ਸਾਲ ਮੰਤਰੀ ਰਹੇ ਨੇ ਉਹ ਇੱਕ ਮੰਤਰੀ ਕੋ ਕਿੰਨਾ ਬਜਟ ਹੁੰਦਾ ਹੈ ਕਰੋੜਾਂ ਰੁਪਏ ਦਾ ਬਜਟ ਹੁੰਦਾ ਕਰੋੜਾਂ ਰੁਪਏ ਦਾ ਤੇ ਤੁਸੀਂ ਤਦ ਵੀ ਆਪਣੇ ਹਲਕੇ ਦੇ ਵਿੱਚ ਕੰਮ ਨਹੀਂ ਕਰ ਫਿਰ ਸਵਾਲ ਹੋਣਗੇ ਹੁਣ ਮੰਨ ਕੇ ਚੱਲਦੇ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਇਸ ਟਾਈਮ 14-15 ਮੰਤਰੀ ਨੇ ਕੱਲ ਉਹਨੂੰ 27 ਦੇ ਵਿੱਚ ਇਹਨਾਂ ਦੀ ਸਰਕਾਰ ਬਦਲ ਜੇ ਤੇ ਇਹ ਰੌਲਾ ਪਾਉਣ ਕਿ ਮੇਰੇ ਹਲਕੇ ਦੇ ਵਿੱਚ ਜੀ ਟੀਚਰਾਂ ਦੀ ਕਮੀ ਹੈ ਗਿਆ ਤੇ ਯਾਰ ਫਿਰ ਤੁਸੀਂ ਕੀ ਕਰਦੇ ਰਹੇ ਮੰਨ ਕੇ ਚੱਲਦੇ ਹਰਜੋਤ ਸਿੰਘ ਬੈਂਸ ਸਾਹਿਬ ਨੇ ਐਜੂਕੇਸ਼ਨ ਮਨਿਸਟਰ ਕੱਲ ਨੂੰ ਕਹਿਣਗੇ ਦੀ ਨੰਦਪੁਰ ਸਾਹਿਬ ਹਲਕੇ ਦੇ ਟੀਚਰ ਨਹੀਂ ਪੂਰੇ ਹੈਗੇ ਗਲਤੀ ਕਹਦੀ ਹੈ ਜਾਂ ਹਰਪਾਲ ਸਿੰਘ ਚੀਮਾ ਕਹਿ ਦੇਣ ਕੱਲ ਨੂੰ ਪੇ ਮੇਰੇ ਜੀ ਹਲਕੇ ਦੇ ਵਿੱਚ ਵਿਕਾਸ ਨਹੀਂ ਪਈ ਤੂੰ ਤੇ ਖਜ਼ਾਨਾ ਮੰਤਰੀ ਹੈਗੇ ਹੁਣ ਜਿਹੜੇ ਕਾਂਗਰਸ ਦੇ ਮੰਤਰੀ ਹੈਗੇ ਨਾ ਆਪਾਂ ਚਲੋ 27 ਦੇ ਵਿੱਚ ਕੀ ਪਧਾਮਾ ਦੀ ਪਾਰਟੀ ਦੀ ਦੁਬਾਰਾ ਸਰਕਾਰ ਬਣਦੀ ਕੀ ਪਤਾ ਕੀ ਕੁਝ ਹੋਣਾ ਪਰ ਜਿਹੜੇ ਹੁਣ ਕਾਂਗਰਸ ਪਾਰਟੀ ਦੇ ਮੰਤਰੀ ਜਦੋਂ ਉਹ ਵਿਧਾਨ ਸਭਾ ਦੇ ਵਿੱਚ ਉੱਠ ਕੇ ਸਵਾਲ ਹੁੰਦੇ ਬਹੁਤਾ ਹੀ ਗੁੱਸਾ ਆਉਂਦਾ ਹੈਗਾ ਅਈ ਉੱਪਰ ਬੈਠੇ ਪੱਤਰਕਾਰ ਵੀ ਆਪច ਗੱਲਾਂ ਕਰਦੇ ਕੀ ਹੈ ਯਾਰ ਤੂੰ 5 ਸਾਲ ਮੰਤਰੀ ਰਿਹਾ ਹੈਗਾ ਸੁੱਤਾ ਹੀ ਰਿਹਾ ਹੈਗਾ ਆਪਣੇ ਹਲਕੇ ਦੇ ਫਿਰ ਤੇਰੇ ਸਵਾਲ ਆਉਂਦਾ ਕਿ ਫਾਇਦਾ ਹੈਗਾ ਵੀ ਮੇਰੇ ਹਲਕੇ ਜਿਹੜੀ ਟੀਚਰ ਘਟ ਗਈ ਡਿਸਪੈਂਸਰੀ ਘਟਾ ਬੀ ਡੀ ਪੀਓ ਦੇ ਦਫਤਰ ਚ ਸਟਾਫ ਘਟਾ ਵੀ ਤੂੰ ਉਹਨਾਂ ਨੂੰ ਪੁੱਛ ਰੇ ਜਿਹੜੇ ਹਜੇ 2 ਸਾਲ ਹੋੜੇ ਤੂੰ 5 ਸਾਲ ਮੰਤਰੀ ਰਹਿਗਾ ਇਹਦਾ ਮਤਲਬ ਇਸੇ ਕਰਕੇ ਲੋਕ ਹਾਰ ਜਾਂਦੇ ਹਨ ਜਦੋਂ ਆਪਣੇ ਹਲਕੇ ਦੇ ਵਿੱਚ ਕੰਮ ਨਹੀਂ ਨਾ ਹੁੰਦੇ ਫਿਰ ਇਹ ਦੂਜੇ ਤੇ ਦੋਸ਼ ਸੋੜਦੇ ਹਨ ਇਸੇ ਕਰਕੇ ਜਿਹੜੀ ਹਵਾ ਨਹੀਂ ਬਣ ਰਹੀ ਆ ਗਈ ਇਹ ਸਵਾਲ ਸਭ ਤੋਂ ਵੱਡਾ ਕਿ ਹਵਾ ਕਿਉਂ ਨਹੀਂ ਪੰਜਾਬ ਦੇ ਵਿੱਚ ਦਾ ਮਤਲਬ ਹੈ ਕਿ ਲੋਕ ਪੰਜਾਬ ਦੀ ਜਨਤਾ ਉਹ ਕਿਸੇ ਤੇ ਭਰੋਸਾ ਨਹੀਂ ਕਰੇ ਹਵਾ ਉਦੋਂ ਮੰਦੀ ਜਦੋਂ ਜਨਤਾ ਭਰੋਸਾ ਕਰੇ ਹੁਣ ਸਵਾਲ ਹੈ ਕਿ ਲੀਡਰਾਂ ਦਾ ਕਰਦਾਰ ਲੀਡਰਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਦਾਰ ਕੁਸ਼ੀ ਇੰਨੀ ਜਿਆਦਾ ਇੱਕ ਦੂਜੇ ਦੇ ਲੋਕਾਂ ਦੇ ਕਰ ਦਿੱਤੀ ਹੈਗੇ ਲੋਕੀਂ ਕਹਿੰਦੇ ਇਹਨਾਂ ਦੇ ਨਾਲੋਂ ਯਾਰ ਪਿੰਡ ਦੇ ਮਾਤੜ ਚੰਗੇ ਆ ਗਏ ਨੇ ਘਟੋ ਘਟ ਸਲੀਕਾ ਤੇ ਆ ਗਣਾ ਬੋਲਣ ਦਾ ਕੋਈ ਕਿਸੇ ਦੀਆਂ ਜਾਤਾਂ ਨਾਲ ਨਹੀਂ ਜਾ ਰਿਹਾ ਕੋਈ ਕਹਿੰਦਾ ਉਹਦਾ ਟੱਬਰ ਪਤਨ ਕੀ ਕਰਦਾ ਰ ਇਹ ਕੋਈ ਪੰਜਾਬ ਦੀਆਂ ਗੱਲਾਂ ਹੋ ਰਹੀਆਂ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰੋ ਪੰਜਾਬ ਦੀ ਡਿਵੈਲਪਮੈਂਟ ਕਰੋ ਹਵਾ ਤਾਮ ਬਣੀ ਹੈ ਤੇ ਹੁਣ ਪੰਜਾਬ ਦੀ ਜਨਤਾ ਉਹ ਦੇਖਦੇ ਕਿ ਹੁਣ ਹਵਾ ਕਿਦੇ ਵੱਲ ਹੁੰਦੀ ਆ ਫਿਲਹਾਲ ਤਾਂ ਕਿਸੇ ਲੱਗਦੀ ਹੁਣ ਕਾਂਗਰਸ ਪਾਰਟੀ ਆ 13 ਬੰਦੇ ਤੁਹਾਡੇ ਕੋਲ 8 ਤੇ ਪਹਿਲਾਂ ਐਮਪੀ ਚਲੋ ਉਹਦੇ ਤੋਂ ਕਿੰਨੇ ਛੱਡ ਕੇ ਚਲ ਗਏ ਦੋ ਛੱਡ ਕੇ ਚਲ ਗਏ ਇੱਕ ਤੇ ਚਲੋ ਸਵਰਗ ਸੁਧਾਰ ਗਏ ਆਮ ਆਦੀ ਪਾਰਟੀ ਕੋ ਤੇ 13 ਹੋਣੇ ਚਾਹੀਦੇ ਸੀ ਇੰਨਾ ਕੋ ਨਹੀਂ 13 ਹੋਏ ਸ਼ਰਮਨੀ ਕਾਲੀ ਦਲ ਨੇ ਹਜੇ ਤੱਕ ਜਿਹੜੀਆਂ ਉਹਨਾਂ ਦੀਆਂ ਘਰ ਦੀਆਂ ਸੀਟਾਂ ਕਿ ਬਠਿੰਡਾ ਉਹ ਹਜੇ ਤੱਕ ਡਿਕਲੇਅਰ ਨਹੀਂ ਕੀਤੀ ਹੈਗੀ ਹੱਜ ਖਡੂਰ ਸਾਹਿਬ ਪਈ ਫਿਰੋਜ਼ਪੁਰ ਪਈਆਂ ਬੜੀਆਂ ਸੀਟਾਂ ਪਈਆਂ ਆਈਆਂ ਨੇ ਭਾਜਪੀ ਕੋ ਬਹੁਤ ਪਈਆਂ ਆਈਆਂ ਆਮ ਆਦਮੀ ਪਾਰਟੀ ਦੇ ਆ ਰਹਿੰਦੀਆਂ ਕਾਂਗਰਸ ਦੀਆਂ ਜੋ ਸੱਤ ਰਹਿੰਦੀਆਂ ਆਈਆਂ ਗੁਰਦਾਸਪੁਰ ਉਹਨਾਂ ਨੂੰ ਪਤਾ ਲੱਗਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਲੜਨਗੇ ਜਾਂ ਤ੍ਰਿਪਤਰਜਿੰਦਰ ਸਿੰਘ ਬਾਜਵਾਲ ਲੜਨਗੇ ਜਾਂ ਬਰਿੰਦਰ ਮੀਤ ਸਿੰਘ ਪਾੜਾ ਲੜਨਗੇ ਜਾਂ ਫਿਰ ਅਮਿਤ ਵੇਜੇ ਲੜਨਗੇ ਹੁਸ਼ਾਰਪੁਰ ਉਹਨਾਂ ਨੂੰ ਤਾਂ ਅਸੀਂ ਤੱਕ ਇਹ ਨਹੀਂ ਪਤਾ ਲੱਗਾ ਕਿ ਹੁਣ ਕੋਣ ਲੜੂਗਾ ਕਿ ਉੱਥੇ ਬਲਵਿੰਦਰ ਸਿੰਘ ਢਾਲੀਵਾਲ ਲੜਨਗੇ ਜਾਂ ਪਵਨ ਕੁਮਾਰ ਆਦੀਆਂ ਲੜਨਗੇ ਜਾਂ ਕੋਈ ਰਿਟਾਇਰਡ ਡੀਜੀਪੀ ਨੂੰ ਲੜਾ ਦੇਣ ਜਿਵੇਂ ਪਿੱਛੇ ਚਰਚਾ ਹੋ ਗਿਆ ਕਿ ਇਕਪਾਲ ਪ੍ਰੀਤ ਸਿੰਘ ਸੋਤਾ ਉਹ ਚੰਨੀ ਸਾਹਿਬ ਦੇ ਬਹੁਤ ਕਰੀਬੀ ਹੈਗੇ ਨੇ ਉਹ ਜੋ ਸੀਐਮ ਬਣੇ 111 ਦਿਨਾਂ ਵਾਸਤੇ ਉਹਨੂੰ ਡੀਜੀਪੀ ਲਾਤਾ ਉਹ ਵੀ ਲੜ ਸਕਦੇ ਨੇ ਇੱਕ ਹੋਰ ਇੱਕ ਡੀ ਰਿਟਾਇਰ ਮੱਧ ਪ੍ਰਦੇਸ਼ ਤੋਂ ਡੀਜੀਪੀ ਹੋਇਆ ਸੁਖਰਾਜ ਸਿੰਘ ਉਹ ਵੀ ਤਿਆਰ ਬੈਠਾ ਹੈਗਾ ਕਿ ਮੈਂ ਵੀ ਲੜਨ ਨੂੰ ਤਿਆਰ ਹਾਰਪੁਰ ਉਹਨਾਂ ਨੂੰ ਨਹੀਂ ਪਤਾ ਬੱਠੇ ਇਹਨੂੰ ਕਾਂਗਰਸ ਨੂੰ ਫਰੋਜ਼ਪੁਰ ਦਾ ਨਹੀਂ ਪਤਾ ਹੁਣ ਖਡੂਰ ਸਾਹਿਬ ਦਾ ਸਵਾਲ ਹੈਗਾ ਖਡੂਰ ਸਾਹਿਬ ਤੋਂ ਜਿਹੜੇ ਮੌਜੂਦਾ ਐਮਪੀ ਨੇ ਜਸਬੀਰ ਸਿੰਘ ਗਿਲ ਉਰਫ ਡਿੰਪਾ ਜਿਹਨੂੰ ਜਸਬੀਰ ਸਿੰਘ ਡਿੰਪਾ ਕਰਕੇ ਜਾਣਿਆ ਉਹ ਅੱਜ ਉਹਨਾਂ ਦੀ ਜਿਹੜੀ ਫੋਟੋ ਜਿਹੜੇ ਉਹਨਾਂ ਦੇ ਕੇਸੀ ਵੈਨ ਨੂੰ ਗਪਾਲਨ ਇੱਕ ਪਾਸੇ ਉਹ ਖੜੇ ਨੇ ਇੱਕ ਪਾਸੇ ਉਹਨਾਂ ਦੇ ਛੋਟਾ ਭਰਾ ਜਿਹੜੇ ਖੜੇ ਨੇ ਜਸਬੀਰ ਸਿੰਘ ਡਿੰਪਾ ਦੇ ਰਾਜਨ ਗਿਲ ਨੇ ਫਿਰ ਇੱਕ ਪਾਸੇ ਰਾਜਾ ਮਰਿੰਦਰ ਸਿੰਘ ਵੜਿੰਗ ਦੂਜੇ ਪਾਸੇ ਪ੍ਰਤਾਪ ਸਿੰਘ ਉਹ ਕੀ ਲਿਖਦੇ ਅਗੇ ਨੇ ਕਿ ਮੀਟਿੰਗ ਹੋਈ ਹੈ ਨਿਊ ਇਨਿੰਗ ਨਿਊ ਇਨਿੰਗ ਕੀ ਕੀ ਮਤਲਬ ਹੈ ਕਿਉਂ ਮੈਂਬਰ ਪਾਰਲੀਮੈਂਟ ਦੀ ਚੋਣ ਹੁਣ ਚਵੀ ਦੇ ਵਿੱਚ ਨਹੀਂ ਲੜ ਰਿਆਗੇ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਹੈਗੇ ਨੇ ਜਾਂ ਸਰੈਂਡਰ ਕਰ ਦਿੱਤੇ ਹੈਗੇ ਨੇ ਜਿਉਂ ਉਹਨਾਂ ਨੂੰ ਲੱਗਦਾ ਕਿ ਉਹ ਨਿਊ ਇਨਿੰਗ ਮੀਨ ਕਿ ਮੈਂ ਸਟੇਟ ਪੋਲਿਟਿਕਸ ਕਰਨੀ ਹੈ ਇੱਕ ਇਹ ਵੀ ਨੇ ਐਮਪੀ ਕਮੇ ਟਿਕਟ ਨਹੀਂ ਲੜਨੀ ਹੈਗੀ ਹੁਣ ਲੋਕੀ ਕਰਨਗੇ ਚਰਚਾ ਕਿ ਸ਼ਾਇਦ ਉਹਨੂੰ ਟਿਕਟ ਨਹੀਂ ਮਿਲ ਰਹੀ ਸੀ ਇਸ ਕਰਕੇ ਉਹਨਾਂ ਪਹਿਲਾਂ ਹੀ ਆਪਣੀ ਇੱਜ਼ਤ ਬਣਾ ਲਈ ਮੈਂ ਤੇ ਟਿਕਟ ਨਹੀਂ ਲੈਣੀ ਹੈਗੀ ਮੈਂ ਨਹੀਂ ਲੜਨਾ ਚਾਹੁੰਦਾ ਜਿਹਨੂੰ ਮਰਜ਼ੀ ਦੇ ਦਿਓ ਕਿਉਂਕਿ ਉਹਨਾਂ ਦੇ ਪਿੱਛੇ ਇੱਕ ਵੀਡੀਓ ਵੀ ਵਾਇਰਲ ਹੋਈ ਕਿ ਮੈਂ ਪਾਰਟੀ ਛੱਡ ਕੇ ਨਹੀਂ ਜਾਵਾਂਗਾ ਮੈਨੂੰ ਟਿਕਟ ਦੋ ਜਾਂ ਨਾ ਦੋ ਮੈਂ ਕਾਂਗਰਸ ਪਾਰਟੀ ਵਾਸਤੇ ਹੀ ਲੜਾਂਗਾ ਜਿਹੜਾ ਵੀ ਉਮੀਦਵਾਰ ਹੋਊਗਾ ਉਹਨੂੰ ਮੈਂ ਜਿਤਾਉਂਗਾ ਉਹਦੇ ਹੱਕ 'ਚ ਪ੍ਰਚਾਰ ਵੀ ਕਰੂੰਗਾ ਪਰ ਉਹਨਾਂ ਜਿਹੜੀ ਅੱਜ ਲਿਖਿਆ ਸਟੇਡ ਇਨਿੰਗ ਨਿਊ ਨੀਗਾ ਉਹ ਦਾ ਮਦਰ ਕੋ ਪੰਜਾਬ ਪੋਲਿਟਿਕਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਮਤਲਬ 27 ਦੇ ਵਿੱਚੋਂ ਟਿਕਟ ਭਾਲਣਗੇ ਵੀ ਕਿੱਥੋਂ ਲੜੀ ਜਾਣਗੇ ਹੋ ਸਕਦਾ ਉਹ ਕਹਿੰਗੇ ਕਿ ਮੈਂ ਇੱਕ ਵਾਰ ਪਹਿਲਾਂ ਐਮਐਲਏ ਰਹਿ ਚੁੱਕਾ ਹਾਂ ਚੀਰਮੈਨ ਰਹਿ ਚੁੱਕਾ ਮੈਂਬਰ ਪਾਰਲੀਮੈਂਟ ਰਹਿ ਚੁੱਕਾ ਮਨਿਸਟਰ ਬਣਨ ਦੀ ਸਿਨੀਅਰਿਟੀ ਬਣ ਜਾਂਦੀ ਹੈਗੀ ਹੈ ਵੀ ਸ਼ਾਇਦ ਹੋ ਗੋ ਕਿ ਚਲੋ ਸਟੇਟ ਪੋਲਿਟਿਕਸ ਦੇ ਵਿੱਚ ਮਨਿਸਟਰ ਬਣ ਜਾ ਕਿਉਂਕਿ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਠੀਕ ਹੈ ਤੁਸੀਂ 9 ਹਲਕਿਆਂ ਦੇ ਲੋਕ ਲੋਕ ਸਭਾ ਮੈਂਬਰ ਬਣ ਜਾਂਦੇ ਪਰ ਜੇ ਕਿਸੇ ਹਲਕੇ ਦੇ ਅੰਦਰ ਜਾ ਕੇ ਕੰਮ ਕਰਨੇ ਲੋਕਾਂ ਨੂੰ ਮਿਲਣਾ ਹੈਗਾ ਤੇ ਤੈਨੂੰ ਤੁਹਾਨੂੰ ਵੀ ਤੋ ਲੁਵਾਣਾ ਪੈਂਦਾ ਹੈਗਾ ਉੱਥੋਂ ਦੇ ਚੁਣੇ ਹੋਏ ਐਮਐਲਏ ਕੋਲ ਜਾਂ ਹਾਰੇ ਹੋਏ ਐਮਐਲਏ ਕੋਲ ਤੇ ਸ਼ਾਇਦ ਇਸ ਕਰਕੇ ਉਹਨਾਂ ਲੱਗਦਾ ਕਿ ਸਟੇਟ ਪੋਲਿਟਿਕਸ ਹੈ ਹੁਣ ਖਡੂਰ ਸਾਹਿਬ ਕੌਣ ਲੜੂਗਾ ਰਾਣਾ ਗੁਰਜੀਤ ਸਿੰਘ ਜਾਂ ਰਾਣਾ ਗੁਰਜੀਤ ਸਿੰਘ ਦਾ ਮੁੰਡਾ ਇੰਦਰ ਪ੍ਰਤਾਪ ਸਿੰਘ ਰਾਣਾ ਤੇ ਜੇ ਇੰਦਰ ਪ੍ਰਤਾਪ ਸਿੰਘ ਰਾਣਾ ਨੂੰ ਰਾਣਾ ਗੁਰਜੀਤ ਸਿੰਘ ਟਿਕਟ ਦੇਵਾਣਾ ਚਾਹੁੰਦੇ ਨੇ ਤੇ ਕੀ ਉਹ ਪਹਿਲਾਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਣਗੇ ਜਾਂ ਫਿਰ ਫਿਰੋਜ਼ਪੁਰ ਦੇ ਵਿੱਚ ਕਿਨੂੰ ਲੜਾਉਣਗੇ ਖਡੂਰ ਸਾਹਿਬ ਦੇ ਵਿੱਚ ਕਿਉਂਕਿ ਇੱਕ ਹਲਕਾ ਜੀਰਾ ਪੈਂਦਾ ਖਡੂਰ ਸਾਹਿਬ ਦੇ ਵਿੱਚ ਇੱਕ ਹਲਕਾ ਜੀਰਾ ਪੈਂਦਾ ਸultanpur ਲੋਧੀ ਪੈਂਦਾ ਕਪੂਰਥਲਾ ਪੈਂਦਾ ਬਾਕੀ 6 ਹਲਕੇ ਮਾਝੇ ਦੇ ਪੈਂਦੇ ਆ ਕਿਨੇ ਤੇ ਕੀ ਕੁਲਬੀਰ ਸਿੰਘ ਜੀਰਾ ਹੋ ਸਕਦੇ ਆ ਕਿਨੇ ਹਲਕੇ ਦੇ ਵਿੱਚ ਖਡੂਰ ਸਾਹਿਬ ਹਜੇ ਬਣੀ ਨਾਂ ਤਾਂ ਪੁਰ ਸਾਭ ਦੀ ਕਿ ਕੌਣ ਬਲਬੀਤ ਸਿੰਘ ਸਿੱਧੂ ਲੜਨਗੇ ਗੁਲਜੀਤ ਸਿੰਘ ਨਾਗਰਾ ਲੜਨਗੇ ਰਾਣਾ ਗੁਰਜੀਤ ਸਿੰਘ ਲੜਨਗੇ ਜਾਂ ਫਿਰ ਰਾਣਾ ਕੇਪੀ ਸਪਿਕ ਲੜਨਗੇ ਮਤਲਬ ਕਿਸੇ ਵੀ ਪਾਰਟੀ ਕੋਲ ਹੱਲੇ ਵੀ ਕਲੈਰਿਟੀ ਨਹੀਂ ਆ ਗਈ ਵੀ ਇੰਨੇ-ਇੰਨੇ ਸਰਵੇਖਣ ਕਰਵਾ ਲਿਆ ਹਰ ਪਾਰਟੀ ਨੇ ਆਪਣੇ ਆਪਣੇ ਸਰਵੇਖਣ ਕਰਵਾਏ ਨੇ ਕਿ ਆਹ ਹਲਕੇ ਦੇ ਵਿੱਚ ਕੌਣ ਲੜ ਸਕਦਾ ਕੌਣ ਜਿੱਤਣ ਦੇ ਜ਼ਿਆਦਾ ਚਾਂਸ ਹੈ ਵੀ ਉਹ ਵੇਖੇ ਜਾ ਰਹੇ ਨੇ ਤੇ ਕਿੰਨੇ ਚਿਰ ਹੋ ਗਿਆ ਲੋਕ ਸਭਾ ਚੋਣਾਂ ਨੂੰ ਡਿਕਲੇਅਰ ਹੋਇਆ ਲੇਕਿਨ ਹੱਲੇ ਤੱਕ ਰੋਜ ਤਾਂ ਨਹੀਂ ਬਦਲਦਾਂ ਨੇ ਕਿ ਅੱਜ ਚੰਨੀ ਚੰਗਾ ਜਾਂ ਅੱਜ ਉਹ ਚੰਗਾ ਹੈਗਾ ਜਿਹੜਾ ਚੰਨੀ ਦੇ ਖਿਲਾਫ ਲਗਾਤਾਰ ਐਮਐਲਏ ਸਾਹਿਬ ਬੋਲ ਰਿਹਾ ਹੈਗੇ ਨੇ ਚੌਧਰੀ ਵਿਕਰਮ ਸਿੰਘ ਹੁਣ ਚਰਚਾ ਹੈ ਕਿ ਚੰਨੀ ਸਾਹਿਬ ਨੂੰ ਤੇ ਜਲੰਧਰ ਦੇ ਦਿੱਤੀ ਹੈਗੀ ਤੇ ਚੌਧਰੀ ਵਿਕਰਮ ਦੀ ਨੂੰ ਮਾਤਾ ਨੂੰ ਜਨਾ ਕਰਮਜੀਤ ਕੌਰ ਸ਼ਾਇਦ ਉਹਨਾਂ ਨੂੰ ਹਸ਼ਿਆਰਪੁਰ ਲੜਾਈ ਜਾਵੇ ਹੁਣ ਇਹ ਸਾਰੇ ਆ ਤੇ ਜਦੋਂ ਪਾਰਟੀਆਂ ਇੱਕ ਲੀਡਰ ਨੂੰ ਉੱਥੇ ਭੇਜ ਦਿੰਦੇ ਆ ਦੂਜੇ ਨੂੰ ਉੱਥੇ ਭੇਜ ਦਿੰਦਾ ਮਤਲਬ ਤੁਹਾਡੀ ਹਵਾ ਨਹੀਂ ਆ ਤੁਸੀਂ ਡੰਗ ਟਪਾਉ ਕਰ ਰਹੇ ਨਾਰਾਜ਼ਗੀ ਨਹੀਂ ਸਹਿਣਾ ਚਾਹੁੰਦੇ ਤੇ ਜੇ ਤੁਹਾਡੀ ਹਵਾ ਹੋਵੇ ਨਾ ਫਿਰ ਨਾਰਾਜ਼ਗੀਆਂ ਵੀ ਬੰਦਾ ਪ੍ਰਵਾਹ ਨਹੀਂ ਕਰਦਾਗਾ ਤੇ ਪੰਜਾਬ ਦਾ ਹੀ ਨਹੀਂ ਦੇਸ਼ ਦੇ ਵਿੱਚ ਵੀ ਆ ਕਿ ਜਿਹੜੀ ਬੀਜੇਪੀ ਕਹਿੰਦੀ ਸੀ ਕਿ ਆ ਇਸ ਵਾਰ 404 ਬੀਜੇਪੀ ਵੀ ਖਿਲਰੀ ਹੋਈ ਪਈ ਆ ਬੀਜੇਪੀ ਵੀ ਬਗਾਨੇ ਖਿਡਾਰੀਆਂ ਦੇ ਸਿਰ ਤੇ ਇਸ ਵਾਰ ਲੋਕ ਸਭਾ ਜਿੱਤਣਾ ਚਾਹੁੰਦੇ ਹਰਿਆਣੇ ਦੀਆਂ 10 ਸੀਟਾਂ ਦੇ ਵਿੱਚੋਂ 6 ਉਹ ਉਮੀਦਵਾਰ ਐਲਾਨ ਦਿੱਤੇ ਜਿਹੜੇ ਕਾਂਗਰਸ ਪਾਰਟੀ ਦੇ ਪਸ਼ੋਕੜ ਹੈਗਾ ਤੇ ਪ੍ਰਾਈਮ ਮਿਨਿਸਟਰ ਸਾਹਿਬ ਦੀਆਂ ਰੋਜ਼ ਸਟੇਟਮੈਂਟਾਂ ਦੇਖ ਲਓ ਬਿਹਾਰ ਚ ਰੈਲੀ ਕਰ ਰਹੇ ਹੁੰਦੇ ਨੇ ਤੇ ਗੱਲ ਜੰਮੂ ਕਸ਼ਮੀਰ ਦੀ ਕਰ ਰਹੇ ਹੁੰਦੇ ਨੇ ਜੇ ਮੱਧ ਪ੍ਰਦੇਸ਼ ਚ ਗੱਲ ਸਪੀਚ ਹੋਊ ਤੇ ਬਿਹਾਰ ਦੀ ਗੱਲ ਕਰ ਰਹੇ ਹੁੰਦੇ ਨੇ ਜੇ ਬਿਹਾਰ ਚ ਬੋਲ ਰਹੇ ਹੁੰਦੇ ਚ ਝਾਰਖੰਡ ਦੀ ਗੱਲ ਕਰ ਰਹੇ ਹੁੰਦੇ ਨੇ ਇਹਦਾ ਮਤਲਬ ਹੈ ਤੁਹਾਡੀ ਕਲੀਅਰ ਨਹੀਂ ਤੁਸੀਂ ਤੁਹਾਡੀ ਵੀ ਇਸ ਵਾਰ ਜਿੱਤ ਯਕੀਨੀ ਨਹੀਂ ਨਾ ਪੰਜਾਬ ਦੇ ਅੰਦਰ ਕਿਸੇ ਦੀ ਹਵਾ ਨਾ ਦੇਸ਼ ਦੇ ਅੰਦਰ ਕਿਸੇ ਦੀ ਹਵਾ ਜਿੱਥੋਂ ਤੱਕ ਇਹ ਗੱਲ ਪੰਜਾਬ ਦੀ ਪੋਲਿਟਿਕਸ ਦੀ ਕਿ ਖਿਲ ਰਿਹਾ ਖਿਲ ਰਿਹਾ ਅੱਜ ਤੱਕ ਖਲਾਜ ਆ ਪੈਦਾ ਪਤਾ ਨਹੀਂ ਕਿਹਦੀ ਹਵਾ ਕੱਲ ਨੂੰ ਬਣਣੀ ਹੈ ਪਰ ਦਿੱਲੀ ਵਾਲੀ ਪੋਲਿਟਿਕਸ ਬੜਾ ਅਸਰ ਪਾ ਰਹੀ ਹੈ ਮੁੱਖ ਮੰਤਰੀ ਸਾਹਿਬ ਅੱਜ ਖੁਦ ਜਾਂਦੇ ਨੇ ਆਪਣੇ ਸੁਪਰੀਮੋ ਨੂੰ ਮਿਲਦੇ ਨੇ ਔਰ ਅੰਦਰ ਜਾ ਕੇ ਕੀ ਕੁਝ ਦੇਖ ਕੇ ਆਏ ਕਿ ਉਹਨਾਂ ਨੂੰ ਇਹ ਕਹਿਣਾ ਪਿਆ ਬਾਹਰ ਆ ਕੇ ਕਿ ਉੱਥੇ ਤਾਂ ਟ੍ਰੀਟਮੈਂਟ ਹੀ ਬੜਾ ਗਲਤ ਹੋ ਰਿਹਾ ਸਾਡੇ ਸੁਪਰੀਮੋ ਨਾਲ ਐ ਸਮਝਾ ਜਾ ਰਿਹਾ ਜਿਵੇਂ ਜਿਵੇਂ ਕੋਈ ਅੱਤਵਾਦੀ ਹੋਣ ਇਸ ਤਰ੍ਹਾਂ ਦਾ ਉੱਥੇ ਹੋ ਰਿਹਾ ਵਤੀਰਾ ਉਹਨਾਂ ਨਾਲ ਜੇਲ੍ਹ ਦੇ ਅੰਦਰ ਸੰਦੇਬ ਕੀ ਤੇ ਹੁਣ ਜਿਹੜੇ ਦੇਸ਼ ਦੇ ਪੋਲਿਟਿਸ਼ੀਨਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਵੀਆਈਪੀ ਚਾਹੀਦੇ ਟ੍ਰੀਟਮੈਂਟ ਚਾਹੀਦੇ ਕੀ ਉੱਥੇ ਉਹਨਾਂ ਨੂੰ ਗੱਦੇ ਚਾਹੀਦੇ ਨੇ ਕੀ ਉੱਥੇ ਉਹਨਾਂ ਦੇ ਪੈਰ ਘੁੱਟਣ ਵਾਸਤੇ ਚਾਹੀਦੇ ਨੇ ਸਿਰ ਦੀ ਮਾਲਿਸ਼ ਕਰਨ ਵਾਸਤੇ ਚਾਹੀਦੇ ਨੇ ਕੀ ਉੱਥੇ ਏਸੀ ਚਾਹੀਦੇ ਨੇ ਕੀ ਉੱਥੇ ਟੀਵੀ ਚਾਹੀਦੇ ਨੇ ਮਤਲਬ ਉੱਥੇ ਜੇਲ੍ਹਾਂ ਦੇ ਵਿੱਚ ਵੀ ਮਤਲਬ ਵੀਆਈਪੀ ਟ੍ਰੀਟਮੈਂਟ ਚਾਹੀਦਾ ਹੈਗਾ ਜੇ ਜੇਲ੍ਹ ਦੇ ਵਿੱਚ ਤੁਸੀਂ ਅੰਡਰ ਟ੍ਰਾਇਲ ਹੋ ਜਾਂ ਕੇਸ ਦੀ ਜੋ ਜੇਲ੍ਹ ਮੈਨੂਅਲ ਆ ਤੁਹਾਨੂੰ ਤੋਂ ਸਾਬ ਦੇ ਨਾਲ ਹੀ ਤੁਹਾਡੇ ਤੁਹਾਨੂੰ ਟ੍ਰੀਟ ਕੀਤਾ ਜਾਣਾਗਾ ਔਰ ਰਹੀ ਗੱਲ ਕੇਜਰੀਵਾਲ ਸਾਹਿਬ ਅੱਤਵਾਦੀ ਕਿਵੇਂ ਬਣ ਗਏ ਆਗੇ ਦਿੱਲੀ ਦੇ ਮੁੱਖ ਮੰਤਰੀ ਨੇ ਦਿੱਲੀ ਦੀ ਜਿਹੜੀ ਧਿਆੜ ਜੇਲ ਆ ਉਹ ਦਿੱਲੀ ਦੇ ਦਿੱਲੀ ਸਰਕਾਰ ਦੇ ਅਧੀਨ ਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਧੀਨ ਆ ਸੈਂਟਰ ਦੇ ਅਧੀਨ ਨਹੀਂ ਹੈਗੀ ਦਿੱਲੀ ਜੇਲ ਧਿਆੜ ਜੇਲ ਜਿੱਥੇ ਅਰਵਿੰਦ ਕੇਜਰੀਵਾਲਾ ਮਨੀਸ਼ ਸੋਧਿਆ ਨੇ ਸਤਿੰਦਰ ਜੈਨ ਨੇ ਜੇ ਸਤਿੰਦਰ ਜੈਨ ਸਾਹਿਬ ਨੂੰ ਵੀਆਈਪੀ ਟ੍ਰੀਟਮੈਂਟ ਮਿਲੀ ਆ ਪਿੱਛੇ ਜਿਹੜੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਦਾ ਕੋਈ ਸਿਰ ਘੁੱਟਦਾਰ ਆ ਕੋਈ ਸਿਰ ਪਲੂਸਦਾਰ ਆ ਕੋਈ ਲੱਤਾਂ ਘੁੱਟਦਾਰ ਆ ਕੋਈ ਪੈਰ ਘੁੱਟਦਾਰ ਉਹਨੂੰ ਕਿਵੇਂ ਵੀਆਈਪੀ ਟ੍ਰੀਟਮੈਂਟ ਮਿਲ ਗਈ ਹੈਗੀ ਸੈਂਟਰ ਸਰਕਾਰ ਦੇ ਅਧੀਨ ਤੇ ਨਹੀਂ ਦਿੱਲੀ ਜੇਲ ਪਰ ਪਤਾ ਨਹੀਂ ਸੀਐਮ ਸਾਹਿਬ ਨੇ ਵੀ ਲਾਇਆ ਇੱਕ ਸ਼ੀਸ਼ਾ ਵੀ ਧੁੰਦਲਾ ਗਿਆ ਮਤਲਬ ਜਿਹੜਾ ਭਾਜਪਾ ਕਹਿੰਦੀ ਜਿਹੜਾ ਟੀਵੀਆਂ ਤੇ ਚੱਲਿਆ ਕਿ ਜਿੱਥੇ ਸਰਕਾਰੀ ਨਿਵਾਸ ਜਿੱਥੇ ਅਰਵਿੰਦ ਕੇਜਰੀਵਾਲ ਦੇਸ਼ ਦੇ ਸਭ ਤੋਂ ਕਟੜ ਇਮਾਨਦਾਰ ਮੁੱਖ ਮੰਤਰੀ ਸਾਹਿਬ ਰਹਿੰਦੇ ਨੇ ਸਰਕਾਰੀ ਨਿਵਾਸ ਉਸ ਸਰਕਾਰੀ ਸਰਕਾਰੀ ਨਿਵਾਸ ਤੇ 46 ਕਰੋੜ ਰੁਪਏ ਲੱਗਾ ਸੀ ਤੇ ਕੀ ਹੁਣ ਜੇਲ੍ਹ ਦੇ ਵਿੱਚ ਵੀ ਸਰਕਾਰ ਸ਼ੀਸ਼ਮੈਲ ਬਣਾਉਗੀ ਜਾਂ ਵੀਆਈਪੀ ਇੱਕ ਬਣਾਉਗੀ ਜਿਹੜਾ ਕਿ ਜਿੱਥੇ 8-8 ਲੱਖ ਰੁਪਏ ਦੀ ਉਹ ਕੰਡੋਮ ਜਿਹਨੂੰ ਸੀਟ ਕਹਿੰਦੇ ਨੇ ਉਹ ਹੋਵੇ ਵਧੀਆ ਟੂਟੀਆਂ ਲੱਗੀਆਂ ਉਹ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚ ਤੇ ਚਾਹੇ ਪ੍ਰਾਈਮ ਮਿਨਿਸਟਰ ਚਾਵੇ ਚਾਹੇ ਮੁੱਖ ਮੰਤਰੀ ਚਾਹੇ ਐਮ ਐਲ ਏ ਤੁਹਾਨੂੰ ਤਾਂ ਉਹੋ ਹੀ ਜੋ ਜੇਲ੍ਹ ਮੈਨੂੰ ਨੇ ਕਹਿੰਦੇ ਉਹ ਰਹੀ ਗੱਲ ਜੇਲ੍ਹ ਡਿਪਾਰਟਮੈਂਟ ਦਿੱਲੀ ਸਰਕਾਰ ਦੇ ਅਧੀਨ ਹੈ ਸੈਂਟਰ ਦੀ ਤੇ ਚੱਲਦੀ ਨਹੀਂ ਹੈਗੀ ਜੇ ਚੋਣ ਜਾਬਤੇ ਦੌਰਾਨ ਚੱਲਦੀ ਵੀ ਹੋਵੇ ਮੰਨ ਲਓ ਕਿਸੇ ਅਫਸਰ ਨੂੰ ਕੋਈ ਇਸ਼ਾਰਾ ਆ ਵੀ ਜਾਵੇ ਸੈਂਟਰ ਤੋਂ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਕਿਸੇ ਨੂੰ ਸਿਟਿੰਗ ਸੀਐਮ ਨੂੰ ਜਿਹਨੇ ਹਾਲੇ ਅਸਤੀਫਾ ਵੀ ਨਹੀਂ ਦਿੱਤਾ ਉਹਨੂੰ ਅੰਦਰ ਅਤਵਾਦੀਆਂ ਵਾਂਗੂ ਟ੍ਰੀਟ ਕੀਤਾ ਜਾਂਦਾ ਇਸ ਤੋਂ ਪਹਿਲਾਂ ਤੇ ਝਾਰਖੜ ਦੇ ਜਿਹੜੇ ਮੁੱਖ ਮੰਤਰੀ ਨੇ ਹਿੰਮਤ ਸਿੰਘ ਨੇ ਉਹ ਵੀ ਜੇਲ੍ਹ ਚ ਉਹਨਾਂ ਦੀ ਤੇ ਕੋਈ ਸਟੇਟਮੈਂਟ ਆਈ ਨਹੀਂ ਹੈਗੀ ਪਰ ਪਤਾ ਨਹੀਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੀ ਕੁਝ ਕਿਹਾਗਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਸ਼ੀਸ਼ਾ ਵੀ ਸਾਫ਼ ਨਹੀਂ ਹੁਣ ਜੇਲ੍ਹ ਦੇ ਵਿੱਚ ਨਵਾਂ ਸ਼ੀਸ਼ਾ ਲਵਾਉਣਾ ਚਾਹੀਦਾ ਹੈ ਦਿੱਲੀ ਸਰਕਾਰ ਨੂੰ ਉਤੇ ਨਵਾਂ ਸ਼ੀਸ਼ਾ ਇਹ ਲਗਾਉਣਾ ਚਾਹੀਦਾ ਕਿ ਇੱਕ ਦੂਜੇ ਦਾ ਚਿਹਰਾ ਦਿਖੇ ਤੇ ਸਿਰਫ ਕਿਰਵਿੰਦ ਕੇਜਰੀਵਾਲ ਵਾਸਤੇ ਹੀ ਕਿਉਂ ਸਾਫ ਸ਼ੀਸ਼ਾ ਲਗੇ ਬਾਕੀ ਕਿਹਦੀਆਂ ਵਾਸਤੇ ਵੀ ਲੱਗਣਾ ਚਾਹੀਦਾ ਹੈਗਾ ਮੈਨੂੰ ਲੱਗਦਾ ਕਿ ਕਈ ਗੱਲਾਂ ਆਮ ਆਦੀ ਪਾਰਟੀ ਕਿਉਂਕਿ ਲੋਕ ਸਭਾ ਚੋਣਾਂ ਨੇ ਬਾਤ ਦਾ ਬਤੰਗੜ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਆ ਕਿ ਰਿੰਦ ਕੇਜਰੀਵਾਲ ਨਾਲ ਬਹੁਤ ਸਾਰਾ ਧੱਕਾ ਹੋ ਰਿਹਾ ਹੋ ਸਕਦਾ ਹੈ ਕਿ ਕੇਜਰੀਵਾਲ ਸਾਹਿਬ ਦੀ ਵੀ ਬਾਤ ਚ ਮੁਲਾਕਾਤ ਦੀ ਸੀਸੀਟੀਵੀ ਫੁਟੇਜ ਬਾਹਰ ਆ ਜਾਏ ਕਿ ਉਹ ਤੇ ਰਹਿੰਦੇ ਬੜੇ ਸ਼ਾਨ ਦੇ ਨਾਲ ਲੱਗੇ ਨੇ ਪਰ ਇਹ ਲੋਕ ਮੁੱਦਾ ਨਹੀਂ ਹੈਗਾ ਇਹ ਲੋਕ ਸਰਕਾਰ ਨਹੀਂ ਹੈਗਾ ਇਹ ਅੱਜ ਦੇਸ਼ ਦੇ ਮੁੱਦੇ ਨਹੀਂ ਹੈਗੇ ਦੇਸ਼ ਦੇ ਮੁੱਦੇ ਕੀ ਆ ਸੰਵਿਧਾਨ ਨੂੰ ਬਚਾਉਣ ਮਿਨੋਰਟੀ ਕਿਵੇਂ ਡਰਾ ਬਰੋਜ਼ਗਾਰੀ ਜਿਹੜਾ ਉਹ ਅਗਨੀਵੀਰ ਯੋਜਨਾ ਮਹਿੰਗਾਈ ਉਹ ਮੁੱਦੇ ਨੇ ਚైనా ਸਾਡੀ ਰੋਜ਼ੀ ਧੌਣ ਦੱਬ ਲੈਂਦਾ ਹੈਗਾ ਉਹ ਮੁੱਦੇ ਨੇ ਇੰਡੀਆ ਇੰਟਰਨਲ ਸਕਿਉਰਟੀ ਤੇ ਆਊਟਰ ਸਕਿਉਰਟੀ ਐਕਸਟਰਨਲ ਇੰਟਰਨਲ ਐਂਡ ਐਕਸਟਰਨਲ ਉਦਾਰਿਕ ਇਸ ਟਾਈਮ ਕਿਹੋ ਜੀ ਪਾਲਿਸੀ ਹੈ ਉਹ ਸਾਰੀ ਦੁਨੀਆ ਨੂੰ ਪਤਾ ਹੈਗਾ ਮੁੱਦੇ ਉਹ ਨੇ ਦਿੱਲੀ ਦੇ ਵੱਖਰੇ ਮੁੱਦੇ ਹੋ ਸਕਦੇ ਨੇ ਪੰਜਾਬ ਦੇ ਵੱਖਰੇ ਮੁੱਦੇ ਨੇ ਜੇ ਦਿੱਲੀ ਕੇਜਰੀਵਾਲ ਸਾਹਿਬ ਦੇ ਨਾਲ ਮੁਲਾਕਾਤ ਮੁੱਖ ਮੰਤਰੀ ਭਗਵੰਤ ਮਾਨ ਦੀ ਸਹੀ ਨਹੀਂ ਹੋਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੇਜਰੀਵਾਲ ਸਾਹਿਬ ਚੰਗੀ ਤਰ੍ਹਾਂ ਨਹੀਂ ਦੇਖਿਆ ਹੈਗੇ ਉਹ ਪੰਜਾਬ ਦੇ ਲੋਕਾਂ ਦਾ ਮੁੱਦਾ ਨਹੀਂ ਹੈਗਾ ਉਹਦੇ ਸ਼ਿਕਾਇਤ ਕੀਤੀ ਜਾ ਸਕਦੀ ਹੈਗੀ ਨਾ ਮੈਨੂੰ ਲੱਗਦਾ ਕਿ ਇਹ ਇੱਕ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇ ਆਮ ਆਦੀ ਪਾਰਟੀ ਚਾਹੁੰਦੀ ਹੈ ਕਿ ਜੇਲ੍ਹਾਂ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਜਿਹੜੇ ਵੀ ਕੈਦੀ ਅੰਡਰ ਟ੍ਰਾਇਲ ਜਾਂ ਉਹਨਾਂ ਨੂੰ ਮਿਲਣਾ ਚਾਹੀਦਾ ਤੇ ਫਿਰ ਸਾਰੀਆਂ ਜੇਲ੍ਹਾਂ ਦੇ ਵਿੱਚ ਸ਼ੀਸ਼ੇ ਲੱਗ ਜਾਣੇ ਚਾਹੀਦੇ ਸੋਹਣੇ ਸੋਹਣੇ ਸਾਫ਼ ਕਰਨ ਵਾਲੇ ਬੰਦੇ ਰੱਖਦੇ ਨੇ ਚਾਹੀਦੇ ਤੇ ਅੱਜ ਤੋਂ ਬਾਅਦ ਜਿਹੜੀ ਧਿਆੜ ਜੇਲ੍ਹ ਦੀ ਜਿਹੜੀ ਡਿਵੈਲਪਮੈਂਟ ਹੈ ਜਿੱਥੇ ਸ਼ੀਸ਼ੇ ਕੈਦੀਆਂ ਨੂੰ ਮਿਲਣ ਵਾਸਤੇ ਉਹ ਤੇ ਦਿੱਲੀ ਸਰਕਾਰ ਨੂੰ ਕਰ ਦੇਣਾ ਚਾਹੀਦਾ ਜਿਹੜੇ ਇਸ ਟਾਈਮ ਜੇਲ੍ਹ ਮੰਤਰੀ ਨੇ ਉਹ ਗੋਪਾਲ ਰਾਏ ਸਾਹਿਬ ਨੇ ਤੇ ਉਹਨਾਂ ਨੂੰ ਚਾਹੀਦਾ ਸੀ ਪੰਜ ਆਦੇਸ਼ ਦੀ ਜਨਤਾ ਨੂੰ ਦੱਸਣ ਤੋਂ ਪਹਿਲਾਂ ਗੋਪਾਲ ਸਾਹਿਬ ਨੂੰ ਪੁੱਛਣਾ ਚਾਹੀਦਾ ਦਿੱਲੀ ਦੇ ਜੇਲ੍ਹ ਮੰਤਰੀ ਨੂੰ ਪੁੱਛਣਾ ਜਿਹਦੇ ਪਈ ਇਹ ਅਮਿਤ ਸ਼ਾਹ ਸਾਹਿਬ ਨੇ ਸ਼ੀਸ਼ੇ ਲਗਵਾਏ ਆਗੇ ਨਾ ਕਿ ਜੇ ਦਿੱਲੀ ਸਰਕਾਰ ਨੇ ਲਗਵਾਏ ਨੇ ਹੁਣ ਹੋ ਸਕਦਾ ਇਸ ਤੇ ਭਾਜਪਾ ਵਾਲੇ ਵੀ ਟਿੱਪਣੀਆਂ ਕਰਨ ਸ਼ਰੂਮ ਨਹੀਂ ਕਾਲੀਦਾਲ ਵਾਲੇ ਵੀ ਕਰਨ ਤੇ ਜਦੋਂ ਪੰਜਾਬ ਦੀਆਂ ਜੇਲਾਂ ਜਾਂ ਦਿੱਲੀ ਦੀਆਂ ਜੇਲਾਂ ਦੇ ਵਿੱਚ ਉਦਾਂ ਤੇ ਕਹਿੰਦੇ ਕਿ ਤਿਆੜ ਜੇਲ ਜਿਹੜੀ ਆ ਜਦੋਂ ਪ੍ਰੋਫੈਸਰ ਦਵਿੰਦਰ ਪਾਲ ਦਾ ਮਸਲਾ ਹੁੰਦਾ ਵੀ ਸੈਂਟਰ ਸਰਕਾਰ ਨਹੀਂ ਦਿੰਦੇ ਤੇ ਲੋਕੀ ਕਹਿੰਦੇ ਕਿ ਦਿੱਲੀ ਸਰਕਾਰ ਦੇ ਅੰਡਰ ਹੈ ਜੇਲ੍ਹ ਪਤਾ ਦੇ ਲੱਗੇ ਕਿ ਤਿਆੜ ਜੇਲ ਮੋਦੀ ਸਾਹਿਬ ਦੇ ਅੰਡਰ ਆ ਜਾਂ ਕੇਜਰੀਵਾਲ ਸਾਹਿਬ ਦੇ ਅੰਡਰ ਹੈਗੇ ਇਹ ਵੀ ਇੱਕ ਪੰਬਲਪੂਸਾ ਜਿਹਾ ਕ੍ਰੀਏਟ ਕਰ ਦਿੱਤਾ ਲੇਕਿਨ ਕਾਨੂੰਨਨ ਤੌਰ ਤੇ ਸੰਵਧਾਨਿਕ ਤੌਰ ਤੇ ਜਿਹੜੀ ਦਿੱਲੀ ਜੇਲ੍ਹ ਆ ਧਾਰਜਲ ਜਿਹਨੂੰ ਕਹਿੰਦੇ ਨੇ ਜਿੱਥੇ ਕੇਜਰੀਵਾਲ ਸਾਹਿਬ ਅੱਜ ਕੱਲ੍ਹ ਨੇ ਉਹ ਤੇ ਸੈਂਟਰ ਪੰਜਾਬ ਦਿੱਲੀ ਸਰਕਾਰ ਦੇ ਅਧੀਨ ਆ ਪਰ ਇਹ ਕਿਉਂਕਿ ਪੋਲੀਟੀਕਲ ਜਮਾਤ ਆ ਆਮ ਆਦੀ ਪਾਰਟੀ ਜਾਂ ਇਸ ਜਮਾਤ ਦੇ ਕੋਈ ਹੋਰ ਵੀ ਹੁੰਦਾ ਉਹਨੇ ਵੀ ਇਹੋ ਗੱਲ ਕਰਨੀ ਆ ਗਈ ਸੀ ਲੇਕਿਨ ਪਤਾ ਨਹੀਂ ਬੀਜੇਪੀ ਵਾਲੇ ਟਿੱਪਣੀ ਕਰਨ ਰਹੇ ਜਾਂ ਨਹੀਂ ਕਰ ਰਹੇ ਨੇ ਪਰ ਕੀ ਜੇਲਾਂ ਦੇ ਵਿੱਚ ਉਹ ਜਿਹੜੇ ਪੋਲੀਟੀਸ਼ਨ ਆ ਜੀ ਕਿਸੇ ਵੀ ਸੂਬੇ ਦੀਆਂ ਜੇਲਾਂ ਦੇ ਵਿੱਚ ਉਹ ਵੀ ਵੀਆਈਪੀ ਟ੍ਰੀਟਮੈਂਟ ਭਾਲਦੇ ਨੇ ਰੂਲ ਇਹ ਕਹਿੰਦੇ ਨੇ ਕਿ ਜੇ ਕੋਈ ਮਨਿਸਟਰ ਜਾਂ ਐਮਐਲਏ ਜਾਂ ਚੀਫ ਮਨਿਸਟਰ ਜਾਂ ਘੱਟੋ ਘੱਟ ਜਿਹੜਾ ਬੰਦਾ ਗ੍ਰੈਜੂਏਟ ਆ ਉਹਨੂੰ ਬੀ ਕਲਾਸ ਵਾਲੀਆਂ ਸਹੂਲਤਾਂ ਮਿਲਣੀਆਂ ਹੈਗੇ ਉਹਨੂੰ ਅਖਬਾਰ ਪੜ੍ਹਨ ਦੀ ਵੀ ਮਿਲ ਸਕਦੀ ਹੈਗੀ ਉਹ ਟੀਵੀ ਵੀ ਦੇਖ ਸਕਦੇ ਜੋ ਵੀ ਜੇਲ ਮੈਨੂਅਲ ਦੇ ਵਿੱਚ ਹੈ ਤੇ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਪਰ ਦੇਸ਼ ਦੀ ਜਨਤਾ ਸੋਚਣ ਵਾਸਤੇ ਮਜਬੂਰ ਤੇ ਕਹਿ ਰਹੀ ਦਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿ ਉਹਨਾਂ ਨੂੰ ਅਤਵਾਦੀਆਂ ਵਾਸਤੇ ਜਿਵੇਂ ਉਹਨਾਂ ਦੇ ਨਾਲ ਸਲੂਕ ਪੇਸ਼ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਕੋਠੜੀ ਦੇ ਵਿੱਚ ਰੱਖਿਆ ਜਾ ਰਿਹਾ ਜਿਹੜੀ 6x6 ਦੀ ਹੁੰਦੀ ਹੈ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਸੀ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਠੀਕ ਠਾਕ ਕੋ ਕੋਠੜੀ ਦਿੱਤੀ ਹੈਗੀ ਜਦੋਂ ਸਰਕਾਰ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਹੈਗੀ ਉਹਨੂੰ 6x6 ਦੀ ਕਰ ਦਿੱਤੀ ਗਈ ਸੀ ਜੇ ਹਰ ਜੇਲ ਦੇ ਵਿੱਚ ਇਹ ਆ ਕਿ ਪਤਾ ਪੰਜਾਬ ਦੇ ਰੂਲ ਵੱਖਰੇ ਹੋਣ ਦਿੱਲੀ ਦੇ ਵੱਖਰੇ ਰੂਲ ਆ ਪਰ ਹੁਣ ਮੁੱਖ ਮੰਤਰੀ ਤੇ ਸਾਨੂੰ ਯਕੀਨ ਕਰਨਾ ਪੈਂਦਾ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਉਹ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ ਉਹ ਪੰਜਾਬ ਦੇ ਲੋਕ ਕਿ ਦਿੱਲੀ ਦੇ ਲੋਕ ਵੀ ਯਕੀਨ ਕਰਨਗੇ ਸਾਰੇ ਲੋਕ ਯਕੀਨ ਕਰਨਗੇ ਕਿਉਂਕਿ ਇੱਕ ਮੁੱਖ ਮੰਤਰੀ ਅੰਦਰ ਮਿਲ ਕੇ ਆਇਆ ਕਿ केजरीवाल ਸਾਹਿਬ ਨੇ ਕਿਹਾ ਹੋਊਗਾ ਕਿ ਮੈਨੂੰ ਵੱਤ ਵਦੀਆਂ ਵਰਗਾ ਸਲੂਕ ਪੇਸ਼ ਕੀਤਾ ਯਾਰ ਹੋ ਸਕਦਾ ਕਿ ਉਹਨਾਂ ਨੂੰ ਸੌਣ ਨਾ ਦਿੱਤਾ ਜਾ ਰਿਹਾ ਹੋਵੇ ਹੋ ਸਕਦਾ ਹੈ ਕਿ ਉਹ ਜਿਸ ਜੇਲ੍ਹ ਦੇ ਵਿੱਚ ਰਹਿ ਰਹੇ ਉਥੇ ਜੇਲ੍ਹ ਦੇ ਵਿੱਚ 500 ਵਾਟ ਦੇ ਬਲਬ ਲਾਏ ਹੋਣ ਹੋ ਸਕਦਾ ਹੈ ਉਹ ਜਿੱਥੇ ਰੱਖਿਆ ਗਿਆ ਉਥੇ ਟੂਟੀ 'ਚ ਪਾਣੀ ਨਾ ਆਉਂਦਾ ਹੋਵੇ ਜਾਂ ਹੋ ਸਕਦਾ ਹੈ ਜਿੱਥੇ ਉਹ ਬੈਰਕ ਹੋ ਉਥੇ ਗੰਦੀ ਪਿਆ ਹੋਵੇ ਕੁਛ ਨਾ ਕੁਛ ਹੋਊਗਾ ਪਰ ਇਹ ਹੁਣ ਹੈ ਪਰ ਇੱਕ ਹੁਣ ਚੀਫ ਮਿਨਿਸਟਰ ਹੈ ਸਿਟਿੰਗ ਚੀਫ ਮਿਨਿਸਟਰ ਹੈ ਜੇਲ੍ਹ ਡਿਪਾਰਟਮੈਂਟ ਦਿੱਲੀ ਸਰਕਾਰ ਦੇ ਅਧੀਨ ਹੈ ਇਹ ਗੱਲ ਪੱਚਦੀ ਤੇ ਹੈ ਨਹੀਂ ਆ ਪਰ ਮੁੱਖ ਮੰਤਰੀ ਸਾਹਿਬ ਨੇ ਕੀ ਗੱਲ ਕਹੀ ਹੈ ਤੇ ਯਕੀਨ ਕਰਨਾ ਵੀ ਬੰਦ ਹੈਗਾ ਜੀ ਇੱਕ ਤੀਜਾ ਮੁੱਦਾ ਹੈਗਾ ਕਿਉਂਕਿ ਸਰਕਾਰ ਕੱਲੀ ਚੁਣੇ ਹੋਏ ਨੁਮਾਇੰਦਿਆਂ ਨਾਲ ਨਹੀਂ ਚੱਲਦੀ ਉਹਨਾਂ ਅਫਸਰਸ਼ਾਹੀ ਦੇ ਨਾਲ ਵੀ ਚੱਲਦੀ ਹੈ ਜਿਹੜੇ ਦਫ਼ਤਰਾਂ 'ਚ ਬਹਿ ਕੇ ਦੱਸਦੇ ਆ ਕਿ ਸਾਰ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਤਾਂ ਹੁਣ ਸੈਂਟਰ ਦੀ ਨਜ਼ਰ ਜਿਹੜੀ ਆ ਇਹਨਾਂ ਦਿਨਾਂ ਦੇ ਵਿੱਚ ਉਹ ਪਤਾ ਇਹ ਲੱਗਦਾ ਹੈ ਕਿ ਇੱਥੇ ਆ ਉਹ ਵੀ ਕਿਸ ਦੇ ਜ਼ਰੀਏ ਆ ਕਿਵੇਂ ਆ ਉਹ ਕਹਾਣੀ ਕੀ ਚੱਲ ਰਹੀ ਹੈ ਅੰਦਰ ਖਾਤੇ ਕੀ ਫਰੋਲਿਆ ਜਾ ਰਿਹਾ ਐਸਾ ਕਿ ਜਿਹੜਾ ਦੱਬਣ ਦੀ ਕੋਸ਼ਿਸ਼ ਇੱਥੇ ਸੂਬੇ ਪੱਧਰ ਤੇ ਹੋ ਰਹੀ ਹੈ ਪਰ ਸੈਂਟਰ ਚਾਹੁੰਦਾ ਕਿ ਬਾਹਰ ਆਉਣ ਚੀਜ਼ਾਂ ਲਗੋ ਜਿਹੜੇ ਸਵਾਲ ਇਹ ਹੈ ਕਿ ਚਰਚਾ ਹੋਈ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਖਬਰ ਚੱਲੀ ਆ ਵਾਇਰਲ ਕਾਫੀ ਹੋ ਗਿਆ ਕਿ ਜਿਹੜੇ ਪੰਜਾਬ ਦੇ ਅਫਸਰਾਂ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵਿਵਪਤਾ ਪਈ ਹੋਈ ਆ ਜਿਹੜੇ ਤਿੰਨ ਚਾਰ ਅਫਸਰ ਨੇ ਪੰਜਾਬ ਦੇ ਚੋਟੀ ਦੇ ਆਈਐਸ ਅਫਸਰ ਜਿਨ੍ਹਾਂ ਦੇ ਘਰਾਂ ਦੇ ਵੀ ਛਾਪੇ ਪਏ ਨੇ ਦਫਤਰਾਂ ਦੇ ਵੀ ਛਾਪੇ ਪਏ ਨੇ ਤੇ ਕਈ ਜਿੱਦਣ ਰੇਡ ਪਈ ਤੇ ਕਈਆਂ ਦੇ ਘਰ ਜਿੰਦੇ ਲੱਗੇ ਸੀ ਕਿਉਂਕਿ ਜਿੰਦੇ ਨਾ ਸੀਬੀਆਈ ਖਲਾਸ ਸਕਦੀ ਨਾ ਆਈਡੀ ਖਲਾਸ ਸਕਦੀ ਹੈਗੀਆ ਕੋਈ ਵੀ ਨਹੀਂ ਖਲਾਸ ਸਕਦੇ ਕਿਉਂਕਿ ਫਿਰ ਕੋਰਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕਹਿੰਦੇ ਉਹ ਅਫਸਰਾਂ ਨੇ ਇੱਕ ਕਮੀਨ ਲੱਭ ਲਈ ਹੈਗੀਆ ਉਹ ਕਮੀਨ ਨੇ ਸਰਾ ਦਿੱਤਾ ਗਾ ਦਿੱਲੀ ਹਾਜ਼ਰੀ ਭਰ ਰਹੀ ਆ ਪੰਜਾਬ ਦੇ ਅਫਸਰ ਕਹਿੰਦੇ ਮੱਥਾ ਟੇਕ ਆਏ ਨੇ ਕਿ ਕਵੀਨ ਦੀ ਚਲਦੀ ਬੜੀ ਹੈਗੀ ਕਹਿੰਦੇ ਉਹ ਉੱਥੇ ਸੈਂਟਰ ਦੇ ਵਿੱਚ ਹੁਣ ਸਵਾਲ ਇਹ ਹੈ ਕਿ ਕੀ ਉਹਨਾਂ ਅਫਸਰਾਂ ਨੂੰ ਕਲੀਨ ਚਿੱਟ ਮਿਲ ਗਈ ਹੈਗੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਇੱਕ ਕਵੀਨ ਦੀ ਗੱਲ ਇੱਕ ਕਹਿ ਰਹੇ ਨੇ ਕਿ ਬਹੁਤ ਵੱਡਾ ਆਈਐਸ ਅਫਸਰ ਕਿਸੇ ਦੇਸ਼ 'ਚੋਂ ਰਿਟਾਇਰ ਹੋ ਕੇ ਭਾਜਪੀ 'ਚ ਸ਼ਾਮਲ ਹੋਏ ਨੇ ਕਹਿੰਦੇ ਉਹਨਾਂ ਨੂੰ ਵੀ ਮਿਲੇ ਹੈਗੇ ਨੇ ਕਿਉਂਕਿ ਜਿਹੜੇ ਅਫਸਰ ਆਪਾਂ ਪਹਿਲਾਂ ਵੀ ਕਈ ਦਫਾ ਗੱਲ ਕਰ ਚੁੱਕੇ ਕਿ ਜਿਹੜੇ ਇਹ ਵਾਲੀ ਲੋਬੀ ਨਾ ਦੇਸ਼ ਦੀ ਆਈਐਸ ਆਈਪੀਐਸ ਤੇ ਆਈਐਫਐਸ ਇਹ ਆਪਣੇ ਸਾਥੀਆਂ ਦਾ ਪੱਖ ਪੂਰਦੇ ਨੇ ਤੇ ਨੁਕਸਾਨ ਹੋ ਨਹੀਂ ਦਿੰਦੇ ਕਿਸੇ ਦੀ ਮਾੜੀ ਕਿਸਮਤ ਹੋਊਗੀ ਕਿ ਨੁਕਸਾਨ ਹੋ ਜੇ ਪਰ 99% ਹੁੰਦੇ ਨੇ ਉਹ ਨੁਕਸਾਨ ਨਹੀਂ ਹੋਣ ਦਿੰਦੇ ਇੱਕ ਦੂਜੇ ਨੂੰ ਜੱਫੀ ਪਾ ਲੈਂਦੇ ਨੇ ਪੰਜਾਬ ਦੇ ਵਿੱਚ ਇੱਕ ਅਫਸਰ ਹੈ ਜਿਹਨੇ 5-6 ਪਲਾਟ ਖਾ ਹੀ ਗਈ ਘਟਾਲਾ ਐਡਾ ਵੱਡਾ ਹੋਇਆ ਪਰ ਉਹ ਅਫਸਰ ਨੂੰ ਬਚਾ ਗਏ ਸੀ ਮਕਦਮਾ ਵੀ ਦਰਜ ਹੋ ਗਿਆ ਵਿਜੀਲੈਂਸ ਵਾਲੇ ਵੀ ਸੁੱਤੇ ਰਹਿ ਗਏਗੇ ਨੇ ਉਸ ਬੀਬੀ ਦੀ ਪ੍ਰੋਮੋਸ਼ਨ ਵੀ ਹੋ ਗਈ 70 ਆਈ ਇਹ ਸਭ ਇਕੱਠੇ ਵੀ ਹੋ ਗਏ ਸਰਕਾਰ ਵੀ ਡਰ ਗਈ ਕੁਝ ਨਹੀਂ ਵਿਗੜਿਆ ਹੈ ਤੇ ਉਹ ਪਟਵਾਰੀ ਥਾਣੇਦਾਰ ਨਾਇਬ ਤਹਿਸੀਲਦਾਰ ਕਲਰਕ ਉਹਨੂੰ ਫੜ ਲੈਂਦੇ ਹੈਗੇ ਨੇ ਉਹਨੂੰ ਟੰਗ ਦਿੰਦੇ ਹੈਗੇ ਨੇ ਇਹ ਹੁਣ ਚਰਚਾ ਆਈ ਕਿ ਜਿਹੜੇ ਅਫਸਰ ਜਿਨ੍ਹਾਂ ਨੂੰ ਡਰ ਸੀ ਕਿ ਸਾਨੂੰ ਕਿਸੇ ਵੱਲ ਵੀ ਅਰੈਸਟ ਕੀਤਾ ਜਾ ਸਕਦਾ ਉਹ ਕਮੀਨ ਦੇ ਜਰੀਏ ਇੱਕ ਵੱਡੇ ਅਫਸਰ ਦੇ ਜਰੀਏ ਜਾ ਕੇ ਮੱਥਾ ਟੇਕੇ ਹੁਣ ਮੱਥਾ ਕਿਹਨੂੰ ਟੇਕਿਆ ਆਊਗਾ ਇਹ ਇੱਕ ਸਭ ਤੋਂ ਵੱਡਾ ਸਵਾਲ ਹੈ ਤੇ ਕੀ ਜਿਹੜੀ ਦਿੱਲੀ ਸ਼ਰਾਬ ਪਾਲਿਸੀ ਪਾਰਟ 2 ਪੰਜਾਬ ਉਹ ਚੈਪਟਰ ক্লোজ ਹੋ ਗਿਆ ਜੇ ਅਫਸਰ ਬਚ ਗਏ ਤੇ ਇਹਦਾ ਮਤਲਬ ਪੰਜਾਬ ਸਰਕਾਰ ਦੇ ਕਈ ਨੇਤਾ ਵੀ ਬਚ ਗਏ ਕਈ ਵੱਡੇ ਵੱਡੇ ਨੇਤਾ ਵੀ ਬਚ ਗਏ ਕੀ ਇਹ ਜਿਹੜੇ ਸਮਝੌਤੇ ਨੇ ਜਿਹੜੀ ਕਵੀਨ ਆ ਉਧਰ ਵੀ ਬਹੁਤ ਸਾਰੀਆਂ ਕਵੀਨਜ਼ ਨੇ ਕਵੀਨ ਅੱਜਕੱਲ੍ਹ ਕਈਆਂ ਦੇ ਸਾਥੀ ਨੇ ਉਹ ਕੋਈ ਕਨੈਕਸ਼ਨ ਆਗਾ ਕਿਉਂਕਿ ਰੌਲਾ ਸੀ ਕਿ ਕਈ ਲੀਡਰ ਜਿਹੜੇ ਆਮ ਆਦੀ ਪਾਰਟੀ ਦੇ ਇਸ ਕਰਕੇ ਬਚ ਗਏ ਨੇ ਕਿਉਂਕਿ ਬਾਲੀਵੁੱਡ ਦੇ ਤਿੰਨ ਚਾਰ ਜਿਹੜੇ ਐਕਟਰ ਨੇ ਜਿਹੜੇ ਸਿੱਧੇ ਆ ਬੀਜਪੀ ਚ ਚੰਗਾ ਪ੍ਰਭਾਵ ਰੱਖਦੇ ਨੇ ਸੈਂਟਰ ਸਰਕਾਰ ਦੇ ਵਿੱਚ ਚੰਗਾ ਪ੍ਰਭਾਵ ਰੱਖਦੇ ਨੇ ਉਹ ਬਚ ਗਏ ਨੇ ਤੇ ਕੀ ਇਹਨਾਂ ਅਫਸਰਾਂ ਨੇ ਕਵੀਨ ਟੂ ਕਵੀਨ ਕਲੀਨ ਚਿੱਟ ਮਿਲ ਗਈ ਹੈਗੀ ਇਹ ਚਰਚਾ ਦਾ ਸਵਾਲ ਬਣਿਆ ਹੈਗਾ ਕਿ ਇਹ ਹੁਣ ਕਿਉਂਕਿ ਜਿਹੜੀ ਇਹ ਚਰਚਾ ਆਈ ਹੈ ਇਹ ਸੀਨੀਅਰ ਪੱਤਰਕਾਰ ਨੇ ਦਵਿੰਦਰ ਪਾਲ ਹੋਣੀ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਲਿਖਿਆ ਹੈਗਾ ਕਿ ਆ ਕੁਝ ਮਾਜਰਾ ਹੋਇਆ ਉਤ オーਰਨ ਦੀਆਂ ਖਬਰਾਂ ਹਮੇਸ਼ਾ ਸੱਚੀਆਂ ਰਹੀਆਂ ਆਗੀਆਂ ਨੇ ਉਹਨਾਂ ਦੀਆਂ ਖਬਰਾਂ ਹਮੇਸ਼ਾ ਪੁਖਤਾ ਰਹੀਆਂ ਆਗੀਆਂ ਨੇ ਉਹਨਾਂ ਦੀਆਂ ਖਬਰਾਂ ਤੇ ਕਿੰਤੂ ਪਰੰਤੂ ਨਹੀਂ ਹੋਇਆ ਜਿੰਨਾ ਕਿ ਮੈਂ ਉਹਨਾਂ ਦੀਆਂ ਖਬਰਾਂ ਪੜੀਆਂ ਜਾਂ ਜਿੰਨਾ ਕਿ ਮੈਂ ਉਹਨਾਂ ਨੂੰ ਜਾਣਦਾ ਹਾਂ ਜੇ ਤੱਤ ਹੁੰਦੇ ਨੇ ਪੱਕ ਹੁੰਦੇ ਨੇ ਉਹ ਖਬਰ ਤਾਂ ਕਰਦੇ ਨੇ ਜਿਹੜਾ ਉਹਨੇ ਆਪਣੇ ਫੇਸਬੁੱਕ ਅਕਾਊਂਟ ਤੇ ਲਿਖਿਆ ਹੈਗਾ ਉਹ ਉਹ ਸੱਚ ਲੱਗਦੇ ਨੇ ਉਹਦਾ ਰੌਲਾ ਪੈ ਚੁੱਕਾ ਗਿਆ ਕਿਉਂਕਿ ਇਹ ਗੱਲ ਕਿਤੇ ਨਾ ਕਿਤੇ ਸਿਆਣੇ ਕਹਿੰਦੇ ਨੇ ਨਾ ਕਿ ਧੂਆਂ ਤਾਂ ਹੀ ਨਿਕਲਦਾ ਜੇ ਅੱਗ ਲੱਗੀ ਹੋਵੇ। ਪਰ ਇਸ ਗੱਲ ਦੀ ਪੁਸ਼ਟੀ ਵੀ ਉਦੋਂ ਹੋ ਜਾਣੀ ਆ ਜਦੋਂ ਫਾਈਲ ਅੱਗੇ ਨਾ ਤੁਰੇ ਕਿਉਂਕਿ ਇੱਕ ਵਾਰੀ ਰੇਡ ਪੈ ਜਾਂਦੀ ਹੈ ਦਾ ਮਤਲਬ ਇਹ ਤਾਂ ਨਹੀਂ ਕਿ ਸਾਰਾ ਕੁਝ ਕਲੀਅਰ ਹੋ ਗਿਆ ਆਈਡੀ ਨੂੰ ਜਾਂ ਜਿਹੜੀ ਵੀ ਏਜੰਸੀ ਨੂੰ ਚਾਹੀਦਾ ਸਬੂਤ ਮਿਲ ਗਏ। ਜੇ ਅੱਗੇ ਨਹੀਂ ਵਧਦੀ ਗੱਲ ਤਾਂ ਮਤਲਬ ਸੱਚੀ ਆ ਫਿਰ। 100% ਹੂੰ ਕਿਉਂਕਿ ਅਸਲ ਦੇ ਵਿੱਚ ਨਾ ਕਹਿੰਦੇ ਕਿ ਦੇਸ਼ ਨੂੰ ਜਿੰਨਾ ਅ ਮਹਿਮੂਦ ਗਜ਼ਨਵੀ ਤੇ ਮਹਿਮੂਦ ਗੋਰੀ ਮੁਹੰਮਦ ਗੋਰੀ ਉਹ ਮੁਹੰਮਦ ਗੋਰੀ ਉਹਨਾਂ ਉਹਨਾਂ ਨੇ ਨਹੀਂ ਲੁੱਟਿਆ ਜਿੰਨਾ ਦੇਸ਼ ਦੇ ਬਾਅਦ ਚ ਪੋਲਿਟਿਸ਼ਨਾਂ ਨੇ ਲੁੱਟਿਆ ਤੇ ਦੇਸ਼ ਦੇ ਜਿੰਨਾ ਪੋਲਿਟਿਸ਼ਨਾਂ ਨੇ ਲੁੱਟਿਆ ਉਸ ਤੋਂ ਵੱਧ ਦੇਸ਼ ਦੀ ਅਪਸ਼ੇਸ਼ਾਈ ਨੇ ਲੁੱਟਿਆ ਦੇਸ਼ ਨੂੰ ਤੇ ਜਦੋਂ ਇਹ ਅਸਲ ਦੇ ਵਿੱਚ ਮਹਿਮੂਦ ਗਜ਼ਨਵੀ ਔਰ ਮੁਹੰਮਦ ਗੋਰੀ ਦੀਆਂ ਅਲੱਗਾਂ ਸੀ ਦੇਸ਼ ਦੇ ਪੋਲਿਟਿਸ਼ਨ ਤੇ ਦੇਸ਼ ਦੀ ਬਿਊਰੋਕ੍ਰੇਸੀ ਜਿਹਨੂੰ ਆਲਾ ਅਧਿਕਾਰੀ ਕਹਿੰਦੇ ਨੇ ਇਹ ਅਸਲੀ ਉਹ ਨੇ ਮਹਿਮੂਦ ਗੋਰੀ ਤੇ محمد ਗਜਨਵੀ ਇਹ ਉਹ ਲੋਕ ਨੇ ਜੇ ਇੱਕ ਤਾਂ ਦੁੱਧ ਦਾ ਸਿਰ ਚੋਕਣ ਕੇ ਕੰਮ ਕਰਨਾ ਵੀ ਚਾਹੁੰਦੇ ਆ ਸ਼ਾਨ ਨਾਲ ਅਣਖ ਨਾਲ ਉਹਨਾਂ ਨੂੰ ਪੋਸਟਿੰਗ ਤੱਕ ਨਹੀਂ ਮਿਲਦੀ ਫਿਰ ਉਹ ਰੁੱਲਦੇ ਰਹਿੰਦੇ ਆ ਸਾਈਡ ਤੇ ਬਹਿ ਕੇ ਸਵਾਲ ਇਹ ਹੈ ਕਿ ਬਹੁਤ ਸਾਰੇ ਇਦਾਂ ਦੇ ਲੋਕ ਹੁੰਦੇ ਨੇ ਕਿ ਜਿਹੜੇ ਇਮਾਨਦਾਰੀ ਦੇ ਨਾਲ ਕੰਮ ਕਰਦੇ ਕਈ ਹੈ ਵੀ ਨੇ ਪਰ ਬਹੁਤੇ ਨਹੀਂ ਹੈ ਹੁਣ ਪਤਾ ਨਹੀਂ ਜਿਹੜਾ ਉੱਥੇ ਮਸੂਰੀ ਆ ਜਿੱਥੇ ਟ੍ਰੇਨਿੰਗ ਕਰਵਾਈ ਜਾਂਦੀ ਹੈ ਗਿਆ ਉੱਥੇ ਸਿਵਧਾਨ ਪੜਾਇਆ ਜਾਂਦਾ ਨਿਜ਼ਮ ਪੜਾਈ ਜਾਂਦੇ ਹੈਗੇ ਨੇ ਲੋਕਾਂ ਪਰ ਨੂੰ ਲੈ ਕੇ ਸੇਵਾ ਕਰਨ ਦੇ ਜज्ਬਾ ਪੈਦਾ ਕੀਤਾ ਜਾਂਦਾ ਹੈ ਕਿ ਜਾਂ ਲੁੱਟਣ ਕੁੱਟਣ ਦਾ ਜज्ਬਾ ਪੈਦਾ ਕੀਤਾ ਜਾਂਦਾ ਇਹ ਤੁਹਾਨੂੰ ਉੱਥੋਂ ਵੀ ਦੇਖਣਾ ਪਊਗਾ ਕਿਉਂਕਿ ਤੁਸੀਂ ਨੈਟ ਤੇ ਖਬਰ ਮਾੜਾ ਜਿਹਾ ਭਰ ਦੋ ਕਿ ਆਈਐਸ ਅਫਸਰ ਫੜਿਆ ਗਿਆ ਜਾਂ ਆਈਪੀਐਸ ਅਫਸਰ ਫੜਿਆ ਗਿਆ ਹਜ਼ਾਰਾਂ ਪੇਜ ਖੁੱਲ ਜਾਂਦੇ ਹੈਗੇ ਨੇ ਹਰ ਮਸਲੇ ਦੇ ਵਿੱਚ ਹੈ ਤੇ ਇਸ ਕਰਕੇ ਆ ਹੁਣ ਪੰਜਾਬ ਦੇ ਵਿੱਚ ਇੱਕ ਨਵੀਂ ਡਿਵੈਲਪਮੈਂਟ ਹੋਈ ਕਿ ਆ ਬਾ ਕਿਵੇਂ ਫੜੀ ਗਈ ਹੈ ਤੇ ਵਿਚੋਲਗੀ ਕਿਵੇਂ ਕੀਤੀ ਕਿੰਨੇ ਕੀਤੀ ਹੈਗੀ ਆ ਕਿਉਂ ਕੀਤੀ ਹੈਗੀ ਆ ਕਿਉਂਕਿ ਜਿਹੜਾ ਵਿਚੋਲਾ ਹੁੰਦਾ ਨਾ ਜੇ ਮੁੰਡੇ ਕੁੜੀ ਦਾ ਵਿਆਹ ਵੀ ਕਰਾਉਂਦਾ ਤੇ ਉਹ ਕਹਿੰਦਾ ਹੁੰਦਾ ਕਿ ਪਿਆ ਮੇਰੀ ਉਂਗਲ ਦਾ ਸਾਈਜ਼ ਲੈ ਲੋ ਬਣਾ ਫਿਰ ਉਹ ਵੇਖਦੇ ਨੇ ਮੁੰਡੇ ਵਾਲੇ ਜਾਂ ਕੁੜੀ ਵਾਲੇ ਯਾਰ ਇਹ ਤਾਂ ਉਂਗਲ ਬੜੀ ਮੋਟੀ ਹੈਗੀ ਆ ਜਿਹੜੀ ਸ਼ਾਪ ਆ ਜਾਂ ਮੰਦਰੀ ਆ ਤੋਲੇ ਤੋਂ ਘੱਟ ਨਹੀਂ ਬਗਲ ਬਣੀ ਹੈਗੀ ਫਿਰ ਲੀੜਾ ਲੱਤਾ ਵੱਖਰਾ ਤੇ ਇਹ ਤੇ ਕਰੋੜਾ ਰੁਪਏ ਦਾ ਸੌਦਾ ਹੋਇਆ ਤੇ ਜਿਹੜਾ ਵਿਚੋਲੇ ਨੇ ਇਸ ਆਜ ਇੱਕ ਕਾਰਡ ਹੋਇਆ ਅਫਸਰ ਵਾਲਾ ਉਸ ਵਿਚੋਲੇ ਨੇ ਕਿੰਨੀ ਵਿਚੋਲਗੀ ਲਈ ਹੋਗੀ ਫੀਸ ਤੇ ਲਈ ਹੋਗੀ ਉਹ ਫੀਸ ਕਿਸ ਰੂਪ ਦੇ ਵਿੱਚ ਲਈ ਹੋਗੀ ਇਹ ਸਵਾਲ ਹੈ ਤੇ ਜੇ ਜਿਵੇਂ ਤੁਸੀਂ ਕਹਿ ਰਹੇ ਕਿ ਜੇ ਚੈਪਟਰ ক্লোਜ਼ ਹੋ ਗਿਆ ਮਤਲਬ ਕਵੀਨ ਤੇ ਆਪਣਾ ਕੰਮ ਕਰਵਾ ਗਈ ਨਾ ਹੁਣ ਕਵੀਨ ਜਿਹੜੀ ਕੰਮ ਕਰਵਾਉਂਦੀ ਹੈ ਦਾ ਮਤਲਬ ਹੈ ਹੁਕਮ ਦਾ ਜਿਹੜਾ ਜੱਕਾ ਹੁੰਦਾ ਨਾ ਉਹ ਕਵੀਨ ਦਾ ਵੀ ਪਾਣੀ ਭਰਦਾ ਹੈਗਾ ਨਾ ਨਹੀਂ ਤਾਂ ਹੁਕਮ ਦਾ ਜੱਕਾ ਤੇ ਸਭ ਤੋਂ ਟਾਪ ਦੇ ਹੁੰਦਾ ਪਰ ਕਵੀਨ ਕਵੀਨ ਆਪਣੀ ਖੇਡ ਖੇਡ ਗਈ ਹੈ ਤੇ ਪੰਜਾਬ ਦੇ ਜਿਹੜੇ ਅਫਸਰ ਹੈ ਜਿਨ੍ਹਾਂ ਦੇ ਸਾਹ ਸੁੱਕੇ ਪਏ ਹੀ ਉਹ ਫਿਰ ਉਹਨਾਂ ਦੇ ਜਿਹੜੇ ਸਾਹ ਨੇ ਮੌਜਾ ਮਾਉਂਦੇ ਨੇ ਕਿ ਨਜ਼ਾਰਾ ਆ ਗਿਆ ਕਿਉਂਕਿ ਇੰਨਾਂ ਲੋਕਾਂ ਦਾ ਕੁਝ ਨਹੀਂ ਵਿਕਾਰ ਸਕਦੇ ਜਿੰਨਾ ਕੀ ਇਹਨਾਂ ਨੇ ਕਮਾਇਆ ਹੁੰਦਾ ਨੇ ਉਹਦੇ ਚੋਂ ਦੇ 5-7% ਦੇ ਵੀ ਦਿੱਤਾ ਹੈਗਾ ਤੇ ਕਿਹੜੀ ਗੱਲ ਕਹਿੰਦੇ ਲੁਧਿਆਣੇ ਦੇ ਇੱਕ ਥਾਣੇਦਾਰ ਹੀ 500 ਕਰੋੜ ਰੁਪਏ ਦਾ ਮਾਲਕ ਹੈ ਤੇ ਜਿਹੜੇ ਵੱਡੇ ਨੇ ਜਿਨ੍ਹਾਂ ਦੇ ਥੱਲੇ ਕਈ ਕਈ ਠਾਣੇਦਾਰ ਤੇ ਕਈ ਕਈ ਕਲਰਕ ਤੇ ਕਈ ਕਈ ਨਾਇਬ ਤਹਿਸੀਲਦਾਰ ਤੇ ਕਈ 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 ਪਟਵਾਰੀ ਨੇ ਉਹ ਕਿੰਨੇ ਕਰੋੜਾਂ ਦਾ ਮਾਲਕ ਹੋਣਗੇ ਇਸ ਕਰਕੇ ਜਿਹੜਾ ਕਮੀਨ ਹੈ ਜਾਂ ਜਿਹੜਾ ਕੋਈ ਵੱਡਾ ਅਫਸਰ ਰਟਾਇਰ ਹੋਇਆ ਉਹਦੇ ਜਰੀਏ ਉਹਨਾਂ ਨੇ ਵਿਚੋਲਗੀ ਕੀਤੀ ਤੇ ਵਿਚੋਲਗੀ ਤੇ ਫੀਸ ਤੇ ਲੱਗਦੀ ਲੱਗਦੀ ਹੈਗੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਤਿੰਨ ਮੁੱਸਲਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰਿਓ ਔਰ ਬਣੇ ਰਹੋ এবੀਸੀ ਪੰਜਾਬ ਦੇ